الحمد لله الحمد لله الواحد الأحد الفرد الصمد الذي لم يلد ولم يولد ولم يكن له شريك في الملك ولم يكن له ولي من الذل وكبره تكبيرا. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. قال الله تبارك وتعالى في القرآن المجيد والفرقان الحميد فاذكروني أذكركم واشكروا لي ولا تكفرون. اے دل تیرا وانگ مبالی ہوئے اے دل تیرا وانگ مبالی ہوئے سم حب محمد دی پالیا کر. اے دل تیرا وانگ مبالی ہوئے تے سم حب محمد دی پالیا کر تے درود شریف پڑھ کے اینوں ایزی لوڈ کرا لیا کر. جدو تیری بیٹری لو ہو جاوے تے اینوں نماز والا چارجر لا لیا کر. جدو تیرا نیٹ ورک بیزی ہو جاوے ਜਦੋਂ ਤੇਰਾ ਨੈਟਵਰਕ ਬਿਜ਼ੀ ਹੋ ਜਾਵੇ ਤੇ ਸੁਣੇ ਅੱਲਾਹ ਤੇ ਨਾਲ ਕਾਲ ਮਿਲਾ ਲਿਆ ਕਰ.
ਐ ਦਿਲ ਤੇਰਾ ਵਾਂਗ ਮੋਬੈਲੀ ਹੋਵੇ, ਐ ਦਿਲ ਤੇਰਾ ਵਾਂਗ ਮੋਬੈਲੀ ਹੋਵੇ, ਸਿਮ ਹੁੱਬੇ ਮੁਹੰਮਦ ਦੀ ਪਾਲਿਆ ਕਰ। ਮੁਖਤਸਰ ਹਮਦੋ ਸਨਾ ਅੱਲਾ ਵਾਹਦਹੂ ਲਾ ਸ਼ਰੀਕ ਵਾਸਤੇ, ਦਰੂਦੋ ਸਲਾਮ ਅਕਾਏ ਦੋ ਜਹਾਂ ਇਮਾਮੁਲ ਅੰਬੀਆ ਇਮਾਮੁਲ ਮੁਰਸਲੀਨ ਇਮਾਮੁਲ ਮੁਜਾਹਿਦੀਨ, ਮੇਰੇ ਔਰ ਤੁਹਾਡੇ ਦਿਲਾਂ ਦੀ ਬਹਾਰ ਆਮਨਾ ਦੇ ਲਾਲ ਜਨਾਬੇ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤੇ ਗ੍ਰਾਮੀ 'ਤੇ। ਮੇਰੇ ਮੁਹਤਰਮ ਭਾਈਓ, ਬਜ਼ੁਰਗੋ, ਨੌਜਵਾਨ, ਅਜ਼ੀਜ਼ ਸਾਥੀਓ, ਇਸਲਾਮੀ ਰੂਹਾਨੀ ਬਾਬੜਦਾ ਨਸ਼ੀਂ ਮੇਰੀ ਮਾਂ ਔਰ ਬਹਿਨੋ, ਅੱਲਾਹ ਦਾ ਬੜਾ ਹੀ ਫਜ਼ਲ ਔਰ ਕਰਮ ਹੈ ਕਿ ਜਿਸ ਜ਼ਾਤ ਨੇ ਆਪਣੇ ਘਰ ਦੇ ਅੰਦਰ ਸਾਨੂੰ ਸਾਰਿਆਂ ਨੂੰ ਜਮ੍ਹਾਂ ਹੋਣ ਦੀ ਤੋਫੀਕ ਅਤਾ ਫਰਮਾਈ। ਹਜ਼ਰਾਤ ਦੇ ਦੀਵਾਕਾਰ, ਜੋ ਆਇਤ ਕਰੀਮਾ ਤੁਹਾਡੇ ਸਾਹਮਣੇ ਤਿਲਾਵਤ ਕੀਤੀ ਹੈ, ਇਹਦੇ ਅੰਦਰ ਅੱਲਾਹ ਨੇ ਤਿੰਨ ਚੀਜ਼ਾਂ ਦਾ ਜ਼ਿਕਰ ਫਰਮਾਇਆ। ਇੱਕ ਅੱਲਾਹ ਤਾਲਾ ਨੇ ਜ਼ਿਕਰ ਦੇ ਬਾਰੇ, ਇੱਕ ਸ਼ੁਕਰ ਦੇ ਬਾਰੇ, ਔਰ ਤੀਸਰਾ ਕੁਫਰ ਦੇ ਬਾਰੇ। ਕੋਸ਼ਿਸ਼ ਕਰਾਂਗਾ ਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਜ਼ਿਕਰ ਹੋਇਆ ਜਾਏ। ਜੇ ਕੋਈ ਕਮੀ ਗੁਦਾਈ ਰਹਿ ਗਈ ਤਾਂ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਮੁਆਫ ਫਰਮਾ ਦੇ। ਜ਼ਿਕਰ ਦੇ ਜ਼ਾਲ ਦੇ ਥੱਲੇ ਜਿਹੜੀ ਜ਼ੇਰ ਆਈਏ, ਇਹ ਤਕਾਦਾ ਕਰ ਦਈਏ ਕਿ ਜਦੋਂ ਬੰਦੇ ਦੇ ਹਾਲਾਤ ਖਰਾਬ ਹੋ ਜਾਣ, ਹਾਲਾਤ ਬਦਲ ਜਾਣ, ਹਾਲਾਤ ਮਾੜੇ ਆ ਜਾਣ, ਉਦੋਂ ਬੰਦੇ ਨੂੰ ਚਾਹੀਦਾ ਹੈ ਕਿ ਆਪਣੇ ਅੱਲਾਹ ਦਾ ਜ਼ਿਕਰ ਕਰਿਆ ਕਰੇ। ਸ਼ੁਕਰ ਸ਼ੀਨ ਦੇ ਉੱਤੇ ਜਿਹੜੀ ਪੇਸ਼ ਆਈ, ਇਹ ਤਕਾਦਾ ਕਰ ਦਈਏ, ਮੈਨੂੰ ਔਰ ਤੁਹਾਨੂੰ ਇਹ ਸਬਕ ਦਿੰਦੀ ਹੈ ਕਿ ਜਦੋਂ ਤੁਹਾਡੇ ਹਾਲਾਤ ਬਿਹਤਰ ਹੋ ਜਾਣ, ਅੱਛੇ ਹੋ ਜਾਣ, ਉਦੋਂ ਅੱਲਾਹ ਦਾ ਸ਼ੁਕਰ ਕਰਨਾ ਚਾਹੀਦਾ। ਜ਼ਿਕਰ ਦੇ ਜਿਸ ਤਰ੍ਹਾਂ ਤਿੰਨ ਹਰੂਫ ਨੇ, ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਤਿੰਨ ਐਸੇ ਮੁਸ਼ਕਿਲ ਮੋੜ ਆਉਂਦੇ ਨੇ, ਤਿੰਨ ਐਸੇ ਮੁਸ਼ਕਿਲ ਸਟੈਪ ਆਉਂਦੇ ਨੇ ਜਿੱਥੇ ਇਨਸਾਨ ਨੂੰ ਚਾਹੀਦਾ ਹੈ ਕਿ ਅੱਲਾਹ ਦਾ ਜ਼ਿਕਰ ਕਰਨਾ ਚਾਹੀਦਾ। ਸਭ ਤੋਂ ਪਹਿਲੇ ਮੁਸ਼ਕਿਲ ਮੋੜ, ਜਦੋਂ ਕੋਈ ਆਪਣਾ ਜੁਦਾਈ ਦੇ ਕਰਕੇ ਚਲਾ ਜਾਂਦਾ ਹੈ, ਬਾਪ ਫੌਤ ਹੋ ਗਿਆ, ਮਾਂ ਫੌਤ ਹੋ ਗਈ, ਬੇਟਾ ਫੌਤ ਹੋ ਗਿਆ, ਬੇਟੀ ਫੌਤ ਹੋ ਗਈ, ਭਾਈ ਬਹਿਣ ਫੌਤ ਹੋ ਗਈ, ਬੜਾ ਮੁਸ਼ਕਿਲ ਔਰ ਅਹਿਸਾਸ ਵਾਲਾ ਮਾਮਲਾ ਹੁੰਦਾ ਹੈ, ਉਦੋਂ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਅੱਲਾਹ ਦਾ ਜ਼ਿਕਰ ਕਰੇ ਅਤੇ ਜ਼ਬਾਨ ਦੇ ਵਿੱਚੋਂ ਪੜ੍ਹਿਆ ਕਰੇ ਕਿ ਇੰਨਾ ਲਿਲਾਹੀ ਵ ਇੰਨਾ ਇਲੈਹੀ ਰਾਜਿਊ। ਇਹ ਅੱਲਾਹ ਦਾ ਮਾਲ ਹੈ, ਸੀ ਅੱਲਾਹ ਨੇ ਵਾਪਸ ਲੈ ਲਿਆ, ਅੱਲਾਹ ਨੇ ਆਪਣੇ ਕੋਲ ਬੁਲਾ ਲਿਆ। ਦੂਸਰਾ ਮੁਸ਼ਕਿਲ ਹੋਰ, ਬੰਦਾ ਕਾਰੋਬਾਰ ਕਰਦਾ, ਖਸਾਰਾ ਪੈ ਗਿਆ, ਗਾਟਾ ਪੈ ਗਿਆ, ਕਾਰੋਬਾਰ ਦੇ ਅੰਦਰ ਨੁਕਸਾਨ ਹੋ ਗਿਆ, ਡੰਗਰ ਰੱਖੇ ਸਨ ਡੰਗਰ ਮਰ ਗਏ ਨੇ, ਐਸੇ ਮੌਕੇ 'ਤੇ ਇਨਸਾਨ ਨੂੰ ਚਾਹੀਦਾ ਹੈ ਆਪਣੇ ਅੱਲਾਹ ਦਾ ਜ਼ਬਾਨ ਦੇ ਵਿੱਚੋਂ ਜ਼ਿਕਰ ਕਰਿਆ ਕਰੇ, ਬੋਲਿਆ ਕਰੇ, ਕੱਦਰ ਅੱਲਾਹੂ ਮਾ ਸ਼ਾ ਅਫਾਲ, ਜਿਵੇਂ ਰੱਬ ਚਾਹੇ, ਜੋ ਰੱਬ ਚਾਹੇ ਉਹ ਕਰ ਵਿਖਾਵੇ। ਇਹਦੇ ਅੰਦਰ ਮੈਂ ਅੱਲਾਹ ਦੇ ਨਾਲ ਮਾਦ ਅੱਲਾਹ ਕੇ ਕੋਈ ਸ਼ਿਕਵਾ ਕਰਨਾ ਨਹੀਂ, ਇਹ ਅੱਲਾਹ ਦਾ ਮਾਲ ਹੈ। ਇਹ ਸਾਨੂੰ ਅੱਲਾਹ ਨੇ ਜਾਇਦਾਦਾਂ ਦਿੱਤੀਆਂ ਨੇ, ਇਹ ਕੋਈ ਅਸੀਂ
ਪਿੱਛੋਂ ਤਾਂ ਨਹੀਂ ਨਾ ਲੈ ਕੇ ਆਏ, ਰੱਬ ਨੇ ਸਾਡੇ 'ਤੇ ਰਹਿਮਤ ਕੀਤੀ ਹੈ ਅਤੇ ਅੱਲਾਹ ਨੇ ਸਾਨੂੰ ਇੰਨਾ ਜ਼ਿਆਦਾ ਦਾਨ ਦਾ ਮਾਲਿਕ ਬਣਾਇਆ। ਕਈ ਬੰਦੇ ਐਸੇ ਨੇ ਜਿਹੜੇ ਵਿਚਾਰੇ ਰੋਡਾਂ ਦੇ ਉੱਤੇ ਅਖਬਾਰਾਂ ਵੇਚਿਆ ਕਰਦੇ ਸਨ, ਜਾਂ ਕੋਈ ਮੂੰਗਫਲੀ ਜਾਂ ਕੋਈ ਚਨਿਆਂ ਦੀ ਰੇੜੀ ਲਗਾਇਆ ਕਰਦੇ ਸਨ। ਅੱਜ ਵਕਤ ਇੰਜਦਾ ਹੈ ਕਿ ਰੱਬ ਨੇ ਉਹਨਾਂ ਨੂੰ ਜਗੀਰਦਾਰ ਬਣਾ ਛੱਡਿਆ। ਰੱਬ ਨੇ ਬੈਂਕ ਬੈਲੈਂਸ ਦਾ ਮਾਲਿਕ, ਕੋਠੀਆਂ ਦਾ, ਬੰਗਲਿਆਂ ਦਾ ਰੱਬ ਨੇ ਮਾਲਿਕ ਬਣਾ ਛੱਡਿਆ। ਇਹ ਰੱਬ ਦੀ ਰਹਿਮਤ ਹੈ। ਉਹ ਚਾਹਵੇ ਬੰਗਲੇ ਵਾਪਸ ਲੈ ਲਵੇ, ਉਹ ਚਾਹਵੇ ਤੁਹਾਨੂੰ ਬੰਗਲੇ ਸਲਾਮਤ ਦੇ ਦੇਵੇ, ਇਹ ਉਹਦੀ ਮਰਜ਼ੀ ਹੈ। ਕਹਿਣਾ ਚਾਹੀਦਾ ਕਦਰ ਅੱਲਾਹੁ ਮਾ ਸ਼ਾ ਫਾਲਾ, ਜਿਵੇਂ ਅੱਲਾ ਰਾਜ਼ੀ ਮੈਂ ਉਵੇਂ ਰਾਜ਼ੀ। ਤੀਸਰਾ ਮੁਸ਼ਕਿਲ ਮੋੜ, ਬੰਦਾ ਸਿਹਤ ਸਲਾਮਤ ਹੈ, ਤੰਦਰੁਸਤ, ਬਿਮਾਰੀ ਆ ਗਈ ਹੈ, ਬੰਦਾ ਬਿਮਾਰ ਹੋ ਗਿਆ, ਲਾਚਾਰ ਹੋ ਗਿਆ, ਚਾਰ ਰੁਪਏ 'ਤੇ ਗਿਰ ਗਿਆ, ਐਸੇ ਮੌਕੇ 'ਤੇ ਇਨਸਾਨ ਨੂੰ ਚਾਹੀਦਾ ਹੈ ਆਪਣੇ ਅੱਲਾਹ ਦਾ ਜ਼ਿਕਰ ਕਰਿਆ ਕਰ, ਜ਼ਬਾਨ ਵਿੱਚੋਂ ਪੜ੍ਹਿਆ ਕਰੇ ਲਾ ਬਾਸਾ ਤਹੂਰੁਨ ਇਨਸ਼ਾ ਅੱਲਾਹ, ਇਹ ਜਿਹੜੀ ਮੇਰੇ 'ਤੇ ਬਿਮਾਰੀ ਆਈ ਹੈ ਨਾ, ਇਹ ਇਨਸ਼ਾ ਅੱਲਾਹ ਮੇਰੇ ਗੁਨਾਹ ਸਾਰੇ ਸਾਫ਼ ਕਰਕੇ ਲੈ ਜਾਏਗੀ। ਇੰਜ ਦਾ ਈਮਾਨ ਹੋਣਾ ਚਾਹੀਦਾ। ਇਹ ਹੋ ਗਿਆ ਜ਼ਿਕਰ। ਸ਼ੁਕਰ ਦੇ ਜਿਸ ਤਰ੍ਹਾਂ ਤਿੰਨ ਹਰੂਫ ਨੇ, ਐਸੇ ਹੀ ਬਰਅਕਸ ਤਿੰਨ ਐਸੇ ਸਟੈਪ ਨੇ ਜਿੱਥੇ ਇਨਸਾਨ ਨੂੰ ਅੱਲਾਹ ਦਾ ਸ਼ੁਕਰ ਕਰਨਾ ਚਾਹੀਦਾ। ਅੱਲਾਹ ਨੇ ਬੇਟਾ ਦੇ ਦਿੱਤਾ, ਬੇਟੀ ਦੇ ਦਿੱਤੀ ਹੈ, ਨੇਕ ਸਾਲੇ ਬੀਵੀ ਦੇ ਦਿੱਤੀ ਹੈ, ਇਨਸਾਨ ਨੂੰ ਅੱਲਾਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਅੱਲਾਹ ਪਾਕ ਨੇ ਕਾਰੋਬਾਰ ਅੰਦਰ ਬਿਹਤਰੀ ਕਰ ਦਿੱਤੀ ਹੈ, ਵਕਤ ਬਦਲ ਦਿੱਤਾ ਹੈ, ਟਾਈਮ ਬਦਲ ਦਿੱਤਾ ਹੈ, ਅੱਲਾਹ ਨੇ ਤੈਨੂੰ ਐਕਟਿਵ ਕਰ ਛੱਡਿਆ ਹੈ। ਇਨਸਾਨ ਨੂੰ ਚਾਹੀਦਾ ਹੈ ਆਪਣੇ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੇ। ਸੁਬਹਾ ਦੁਕਾਨ 'ਤੇ ਜਾਂਦਾ, ਸ਼ਾਮ ਨੂੰ ਵੇਲੇ ਜਦੋਂ ਪੈਸੇ ਦੀ ਗਿਣਤੀ ਕਰਦਾ, ਥੋੜ੍ਹੇ ਹੋਣ ਜ਼ਿਆਦੇ ਹੋਣ, ਆਪਣੇ ਅੱਲਾਹ ਦਾ ਸ਼ੁਕਰ ਕਰਨਾ ਚਾਹੀਦਾ। ਸ਼ੁਕਰ ਹੈ ਮੇਰੇ ਮਾਲਕਾ। ਕਈ ਇੰਜਦੇ ਨੇ ਜਿਹੜੇ ਵਿਚਾਰਿਆਂ ਦੀਆਂ ਦਿਹਾੜੀਆਂ ਨਹੀਂ ਲੱਗੀਆਂ, ਕਈ ਇੰਜਦੇ ਨੇ ਵਿਚਾਰੇ ਰੋ ਰਹੇ ਨੇ, ਪਰ ਰੱਬਾ ਤੇਰਾ ਬੜਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਮੈਨੂੰ ਆਪਣੇ ਖਜ਼ਾਨਿਆਂ ਦੇ ਵਿੱਚੋਂ ਮੈਨੂੰ ਮਾਲਾ ਮਾਲ ਕਰ ਛੱਡਿਆ। ਤੀਸਰਾ ਮੁਸ਼ਕਿਲ, ਤੀਸਰੀ ਐਸੀ ਜਗ੍ਹਾ ਜਿੱਥੇ ਅੱਲਾਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਤੀਸਰਾ ਮੋੜ, ਬੰਦਾ ਬਿਮਾਰ ਸੀ, ਠੀਕ ਹੋ ਗਿਆ, ਤੰਦਰੁਸਤ ਹੋ ਗਿਆ, ਤਵਾਨਾ ਹੋ ਗਿਆ, ਐਕਟਿਵ ਹੋ ਗਿਆ, ਇਨਸਾਨ ਨੂੰ ਚਾਹੀਦਾ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੇ। ਅੱਲਾਹ ਤੇਰਾ ਸ਼ੁਕਰ, ਤੂੰ ਮੈਨੂੰ ਸਿਹਤ ਯਾਬ ਕਰ ਛੱਡਿਆ, ਬੰਦੇ ਦੀ ਬਿਨਾਈ ਨਹੀਂ ਸੀ, ਅੱਖਾਂ ਦਾ ਮਸਲਾ ਬਣਿਆ, ਇਲਾਜ ਕਰਵਾਇਆ, ਠੀਕ ਹੋ ਗਿਆ, ਬਿਮਾਰ ਹੋ ਗਿਆ, ਡਾਕਟਰ ਕੋਲ ਗਿਆ, ਮੈਡੀਸਨ ਲਈ, ਅਤੇ ਕਿਸੇ ਕਾਰੀ ਸਾਹਿਬ ਕੋਲੋਂ ਦਮ ਕਰਵਾਇਆ, ਠੀਕ ਹੋ ਗਿਆ। ਅੱਲਾਹ ਤੇਰਾ ਸ਼ੁਕਰ ਹੈ, ਤੂੰ ਬਿਮਾਰੀ ਦੇ ਕੇ ਤੀ ਵਾਪਸ ਲੈ ਲਈਏ, ਤੀ ਆਪਣੇ ਬੰਦੇ ਨੂੰ ਸਿਹਤ ਵਾਲੀ ਜ਼ਿੰਦਗੀ ਅਦਾ ਕਰ ਛੱਡੀ। ਆਪਣੇ ਰੱਬ ਦਾ ਹਰ ਵੇਲੇ ਚਲਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਜ਼ਿਕਰ ਔਰ ਸ਼ੁਕਰ ਤੁਹਾਡੀ ਜ਼ਬਾਨ 'ਤੇ ਹੋਣਾ ਚਾਹੀਦਾ। ਆਓ ਜ਼ਰਾ ਤਵੱਜੋ ਕੀਜੀਏ, ਗੌਰ ਕੀਜੀਏ, ਮੈਂ ਜੋ ਕੁਛ ਬਿਆਨ ਕਰਾਂ, ਮੇਰਾ ਮਾਲਿਕ, ਮੇਰਾ ਖਾਲਿਕ, ਮੇਰੇ ਸਮੈਤ ਸਾਨੂੰ ਸਾਰਿਆਂ ਨੂੰ ਉਹਦੇ ਉੱਤੇ ਅਮਲ ਕਰਨ ਦੀ ਤੋਫੀਕ ਅਤਾ ਫਰਮਾਏ। ਮੇਰੇ ਔਰ ਤੁਸਾਂ ਦੇ ਪੀਰੋ ਮੁਰਸ਼ਿਦ ਇਮਾਮ ਉਲ ਅੰਬੀਆ ਇਮਾਮ ਉਲ ਖੁਦਾ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਦੇ ਸੀਨਾ ਏ ਪਾਕ ਤੇ ਨਾਜ਼ਿਲ ਹੋਣ ਵਾਲਾ ਅੱਲਾਹ ਰੱਬੁਲ ਇੱਜ਼ਤ ਦਾ ਕੁਰਾਨ ਇਲਾਮ ਕਰਦਾ ਹੈ। ਫਰਮਾਇਆ ਕਿ ਫਜ਼ਕੁਰੂਨੀ ਅਜ਼ਕੁਰੂਕੁਮ,
وَشُكُرُ لِي وَلَا تَكُفُرُ اللہ پاک فرماندے نے اے میرے بندیوں ذکر کرو شکر کرو تے میریاں نعمتاں دا انکار نہ کرو فرمایا کہ میرے بندیاں چلدیاں پھردیاں اٹھدیاں بیٹھدیاں تیری زبان تے ساڈا ذکر ہونا چاہیدا ہے ਤੇਰੀ ਜ਼ਬਾਨ 'ਤੇ ਸਾਡਾ ਸ਼ੁਕਰ ਹੋਣਾ ਚਾਹੀਦਾ ਹੈ ਅੱਲਾ ਜੀ ਅਸੀਂ ਜ਼ਿਕਰ ਵੀ ਕਰੀਏ ਜ਼ਬਾਨ ਦੇ ਵਿੱਚੋਂ ਤੇਰਾ ਨਾਮ ਵੀ ਬੁਲੰਦ ਕਰੀਏ ਅੱਲਾ ਫਰਮਾਉਂਦੇ ਨੇ ਮੇਰੇ ਬੰਦੇ ਆ ਵਾਜ਼ੂ ਕਰੂ ਨੀ ਆਜ਼ੂ ਕਰੋ ਕੌਮ ਤੁਸੀਂ ਮੈਨੂੰ ਯਾਦ ਕਰੋ ਮੈਂ ਤੁਹਾਨੂੰ ਯਾਦ ਕਰਾਂਗਾ ਤੁਸੀਂ ਮੇਰਾ ਜ਼ਿਕਰ ਕਰੋ ਮੈਂ ਤੁਹਾਡਾ ਜ਼ਿਕਰ ਕਰਾਂਗਾ ਤੁਸੀਂ ਮੈਨੂੰ ਯਾਦ ਰੱਖੋ ਮੈਂ ਤੁਹਾਨੂੰ ਯਾਦ ਰੱਖਾਂਗਾ ਅੱਲਾ ਸੁਣਿਆ ਫੈਸਲਾਬਾਦੀ ਇਹ ਸਵਾਲ ਕਰਦੇ ਨੇ ਅਸੀਂ ਜ਼ਿਕਰ ਕਰੀਏ ਸ਼ੁਕਰ ਕਰੀਏ ਕੀ ਲੱਭੇਗਾ ਅੱਲਾ ਅਸੀਂ ਆਪਣੇ ਦੁੱਖਾਂ ਦੇ ਅੰਦਰ ਵੀ ਤੈਨੂੰ ਯਾਦ ਰੱਖੀਏ ਆਪਣੀਆਂ ਮੁਸੀਬਤਾਂ ਦੇ ਅੰਦਰ ਵੀ ਤੈਨੂੰ ਯਾਦ ਰੱਖੀਏ ਪਰੇਸ਼ਾਨੀਆਂ ਦੇ ਅੰਦਰ ਵੀ ਤੈਨੂੰ ਯਾਦ ਰੱਖੀਏ ਆਪਣੀਆਂ ਆਜ਼ਮਾਇਸ਼ਾਂ ਦੇ ਅੰਦਰ ਤੇ ਤੁਹਾਨੂੰ ਯਾਦ ਰੱਖੀਏ ਕੀ ਅਤਾ ਕਰੋਗੇ ਅੱਲਾ ਫਰਮਾਉਂਦੇ ਨੇ ਆਜ਼ੋ ਕਰੋ ਗੁਮ ਮੈਂ ਵੀ ਤੁਹਾਡੇ ਦੁੱਖਾਂ ਦੇ ਨਾਲ ਹੋ ਜਾਵਾਂਗਾ ਮੈਂ ਵੀ ਤੁਹਾਡੀਆਂ ਪਰੇਸ਼ਾਨੀਆਂ ਦੇ ਨਾਲ ਮਿਲ ਜਾਵਾਂਗਾ ਮੈਂ ਵੀ ਤੁਹਾਡੇ ਦੁੱਖਾਂ ਦੇ ਨਾਲ ਮਿਲ ਜਾਵਾਂਗਾ ਅੱਲਾ ਫਰਮਾਉਂਦੇ ਨੇ ਕਾਲ ਅੱਲਾਹੂ ਤਬਾਰਕ ਵਤਾਲਾ ਅਨਾ ਇੰਦਾ ਜ਼ੰਨੀ ਗਬਦੀ ਮੈਂ ਆਪਣੇ ਬੰਦੇ ਦੇ ਗੁਮਾਨ ਦੇ ਮੁਤਾਬਿਕ ਮੇਰਾ ਬੰਦਾ ਮੈਨੂੰ ਦਿਲ ਵਿੱਚ ਯਾਦ ਕਰੇਗਾ ਮੈਂ ਆਪਣੇ ਬੰਦੇ ਨੂੰ ਆਸਮਾਨ 'ਤੇ ਬੈਠ ਕੇ ਯਾਦ ਕਰਾਂਗਾ ਮੇਰਾ ਬੰਦਾ ਮੇਰੇ ਵੱਲ ਇੱਕ ਕਦਮ ਚੱਲ ਕੇ ਆਏਗਾ ਮੈਂ ਆਪਣੇ ਬੰਦੇ ਵੱਲ ਦੋ ਕਦਮ ਚੱਲ ਕੇ ਜਾਵਾਂਗਾ ਮੇਰਾ ਬੰਦਾ ਮੈਨੂੰ ਫਰਸ਼ 'ਤੇ ਬਹਿ ਕੇ ਯਾਦ ਕਰੇਗਾ ਮੈਂ ਆਪਣੇ ਬੰਦੇ ਨੂੰ ਅਰਸ਼ 'ਤੇ ਬਹਿ ਕੇ ਯਾਦ ਕਰਾਂਗਾ ਮੇਰਾ ਬੰਦਾ ਇਹਨਾਂ ਬੰਦਿਆਂ ਦੇ ਅੰਦਰ ਬਹਿ ਕੇ ਮੈਨੂੰ ਯਾਦ ਕਰੇਗਾ ਮੈਂ ਅੱਲਾ ਪਾਕ ਆਪਣੇ ਬੰਦੇ ਨੂੰ ਫਰਿਸ਼ਤਿਆਂ ਵਿੱਚ ਬਹਿ ਕੇ ਯਾਦ ਕਰਾਂਗਾ ਅੱਲਾਹੁ ਅਕਬਰ ਅੱਲਾ ਮੇਰੇ ਮੋਹਤਰਮ ਭਾਈਓ ਆਪਣੇ ਅੱਲਾ ਪਾਕ ਨੂੰ ਯਾਦ ਕਰੋ ਦੁੱਖਾਂ ਅੰਦਰ ਆਪਣੇ ਰੱਬ ਨੂੰ ਯਾਦ ਰੱਖਿਆ ਕਰੋ ਸੁੱਖਾਂ ਅੰਦਰ ਆਪਣੇ ਰੱਬ ਨੂੰ ਯਾਦ ਰੱਖਿਆ ਕਰੋ ਪਰੇਸ਼ਾਨੀ ਅੰਦਰ ਆਪਣੇ ਰੱਬ ਨੂੰ ਯਾਦ ਰੱਖਿਆ ਕਰੋ ਆਸਾਨੀਆਂ ਵੇਲੇ ਆਪਣੇ ਰੱਬ ਨੂੰ ਯਾਦ ਰੱਖਿਆ ਕਰੋ ਬਿਮਾਰੀਆਂ ਵੇਲੇ ਆਪਣੇ ਰੱਬ ਨੂੰ ਯਾਦ ਰੱਖਿਆ ਕਰੋ ਸ਼ਫਾਵਾਂ ਵੇਲੇ ਆਪਣੇ ਰੱਬ ਨੂੰ ਯਾਦ ਰੱਖਿਆ ਕਰੋ ਅੱਲਾਹੁ ਅਕਬਰ ਅੱਲਾ ਵਿਗੜੇ ਸਾਰੇ ਕੰਮ ਬਣਾਉਂਦਾ ਅੱਲਾ ਏ ਮਾੜਿਆਂ ਬੰਦਿਆਂ ਦੀ ਗੱਲ ਬਣਾਉਂਦਾ ਅੱਲਾ ਏ ਵਿਗੜੇ ਸਾਰੇ ਕੰਮ ਬਣਾਉਂਦਾ ਅੱਲਾ ਏ ਮਾੜਿਆਂ ਬੰਦਿਆਂ ਦੀ ਗੱਲ ਬਣਾਉਂਦਾ ਅੱਲਾ ਏ ਮੈਨੂੰ ਯਾਦ ਤੂੰ ਕਰ ਮੈਂ ਤੈਨੂੰ ਯਾਦ ਕਰਾਂ ਮੈਨੂੰ ਯਾਦ ਤੂੰ ਕਰ ਮੈਂ ਤੈਨੂੰ ਯਾਦ ਕਰਾਂ ਵਿੱਚ ਕੁਰਾਨ ਦੇ ਖੁਦ ਫਰਮਾਂਦਾ ਅੱਲਾ ਏ
ਮਾੜਿਆਂ ਬੰਦਿਆਂ ਦੀ ਗੱਲ ਬਣਾਉਂਦਾ। ਅੱਲਾ ਏ, ਉਹ ਸਾਡੇ ਮਾੜਿਆਂ ਦੀ ਗੱਲ ਭਲਾ ਕੌਣ ਬਣਾਉਂਦਾ ਹੈ? ਅੱਲਾ ਬਣਾਉਂਦਾ ਹੈ। ਸਾਡਾ ਇਮਾਨ, ਅਸੀਂ ਲੋਕਾਂ ਤੀਜੀਆਂ ਤਰ੍ਹਾਂ ਨਹੀਂ, ਲੋਕਾਂ ਵਡੇਰਿਆਂ ਬੰਦਿਆਂ 'ਤੇ ਹੱਥ ਰੱਖੀਏ, ਉਹਨਾਂ ਦੀਆਂ ਚਪਲੋਸੀਆਂ ਕਰੀਏ, ਉਹਨਾਂ ਦੀਆਂ ਜੁੱਤੀਆਂ ਸਿੱਧੀਆਂ ਕਰੀਏ, ਅਸੀਂ ਉਹਨਾਂ 'ਤੇ ਜਾ ਕੇ ਗੀਤ ਗਾਈਏ, ਉਹਨਾਂ ਦੀਆਂ ਮਿਸਾਲਾਂ ਦੇਈਏ, ਤਾਂ ਕਿ ਮੁਸ਼ਕਿਲ ਵੇਲੇ ਕੰਮ ਆਣ। ਅੱਲਾ ਦੀ ਕਸਮ, ਲੋਕ ਮੁਸ਼ਕਿਲ ਵੇਲੇ ਕੰਮ ਆਉਂਦੇ ਨਹੀਂ ਆਉਂਦੇ। ਸਾਡਾ ਇਮਾਨ ਹੈ, ਅਸੀਂ ਆਪਣੀਆਂ ਯਾਰੀਆਂ ਲਾਉਣੀਆਂ ਨੇ, ਅਸੀਂ ਤਾਰੀਫਾਂ ਵੀ ਆਣ ਕਰਨੀਆਂ ਨੇ। ਗੱਜ ਕੇ ਬੋਲੋ, ਕਿਹਦੀਆਂ ਕਰਨੀਆਂ ਨੇ? ਅੱਲਾ ਦੀਆਂ ਕਰਨੀਆਂ। ਜਦੋਂ ਰੱਬ ਦੀਆਂ ਤਾਰੀਫਾਂ ਬਿਆਨ ਕਰਾਂਗੇ, ਰੱਬ ਦੇ ਗੀਤ ਗਾਵਾਂਗੇ, ਅੱਲਾ ਦੀ ਕਸਮ ਏ, ਰੱਬ ਸਾਡੇ 'ਤੇ ਮੁਸ਼ਕਿਲ ਲਿਆਏਗਾ ਨਹੀਂ। ਜੇ ਲਿਆਏਗਾ ਵੀ ਸਹੀ, ਅਜ਼ਮਾਉਣ ਵਾਸਤੇ, ਅੱਲਾ ਸਾਨੂੰ ਹੌਸਲੇ ਵੀ ਅਤਾ ਕਰ ਛੱਡੇ। ਮੇਰੇ ਮੋਹਤਰਮ ਭਾਈਓ, ਤਵੱਜੋ ਕਰਨਾ, ਗੌਰ ਕਰਦਿਆਂ ਜਾਣਾ, ਮੈਂ ਜਿੰਨਾਂ ਬਾਤਾਂ ਦਾ ਜ਼ਿਕਰ ਕਰ ਰਿਹਾ। ਫਰਮਾਇਆ ਫਜ਼ਕੁਰੂਨੀ ਅਜ਼ਕੁਰੂ ਕੌਮ ਵਸ਼ਕੁਰੂਲੀ ਵਲਾ ਤਕਫੁਰੂ। ਅੱਲਾ ਪਾਕ ਫਰਮਾਉਂਦੇ ਨੇ, ਮੇਰੇ ਮੋਹਤਰਮ ਭਾਈਓ, ਇੱਕ ਔਰ ਮਕਾਮ ਅੱਲਾ ਦੇ ਕੁਰਾਨ ਦਾ, ਫਰਮਾਇਆ ਅੱਲਦੀਨਾ ਆਮਨੂ ਵਤਤਮਾਇਨੁ ਕੁਲੂਬੁਹੁਮ ਬਿਜ਼ਿਕਰਿੱਲਾਹ ਅਲਾ ਬਿਜ਼ਿਕਰਿੱਲਾਹਿ ਤਤਮਾਇਨੁਲ ਕੁਲੂਬ। ਅੱਲਾ ਪਾਕ ਫਰਮਾਉਂਦੇ ਨੇ, ਅੱਲਾ ਨੇ ਕਾਫਰਾਂ ਨੂੰ ਨਹੀਂ ਕਿਹਾ, ਅੱਲਾ ਨੇ ਮੁਸ਼ਰਕਾਂ ਨੂੰ ਨਹੀਂ ਕਿਹਾ, ਅੱਲਾ ਨੇ ਯਹੂਦੀਆਂ ਨੂੰ ਨਹੀਂ ਕਿਹਾ। ਕਿਹਨੂੰ ਕਹਿ ਰਹੇ ਨੇ? ਅੱਲਾ ਕਲਮੇ ਗੋ ਬੰਦੇ ਨੂੰ ਕਹਿ ਰਹੇ ਨੇ, ਅੱਲਦੀਨਾ ਆਮਨੂ, ਐ ਇਮਾਨ ਲੈ ਕਰਕੇ ਆਣ ਵਾਲਿਓ, ਆਮਨੂ ਵਤਤਮਾਇਨੁ ਕੁਲੂਬੁਹੁਮ ਬਿਜ਼ਿਕਰਿੱਲਾਹ। ਮੋਮਨੋ, ਜਦੋਂ ਤੁਹਾਡੇ ਦਿਲ ਬੇਕਰਾਰ ਹੋ ਜਾਣ, ਜਦੋਂ ਤੁਹਾਡੇ ਦਿਲ ਬੇਸਕੂਨ ਹੋ ਜਾਣ, ਜਦੋਂ ਤੁਹਾਡੇ ਦਿਲਾਂ ਦੇ ਅੰਦਰੋਂ ਅੱਲਾ ਪਾਕ ਵਾਲੀ ਲੱਜ਼ਤ ਖਤਮ ਹੋ ਜਾਵੇ, ਫਿਰ ਕੀ ਕਰਨਾ ਹੈ? ਇੱਥੇ ਕੀ ਵੇਖਿਆ ਹੈ? ਨੌਜਵਾਨ ਦਾ ਦਿਲ ਬੇਕਰਾਰ ਹੋ ਗਿਆ ਹੈ, ਨੌਜਵਾਨ ਦਾ ਦਿਲ ਬੇਸਕੂਨ ਹੋ ਗਿਆ ਹੈ। ਨੌਜਵਾਨ ਕੀ ਕਰਦਾ ਹੈ? ਜਾ ਕਰਕੇ ਤੇ ਡਾਕਟਰ ਦੇ ਕੋਲੋਂ ਮਸ਼ਵਰਾ ਲੈਂਦਾ ਹੈ, ਫਿਰ ਟੁਰ ਜਾਂਦਾ ਹੈ ਹਕੀਮਾਂ ਕੋਲੋਂ ਮਸ਼ਵਰੇ ਲੈਂਦਾ ਹੈ, ਤਬੀਬਾਂ ਕੋਲੋਂ ਮਸ਼ਵਰੇ ਲੈਂਦਾ ਹੈ, ਫਿਰ ਜਾ ਕਰਕੇ ਪੀਰਾਂ ਤੇ ਮੁਰੀਦਾਂ ਦੇ ਕੋਲੋਂ ਆਪਣੀਆਂ ਗੱਲਾਂ ਰੱਖਦਾ ਹੈ। ਗੱਲ ਸੁਣੋ ਨਾ ਪੀਰ ਸਾਹਿਬ, ਗੱਲ ਸੁਣੋ ਨਾ ਗੱਦੇ ਨਸ਼ੀਨ ਸਾਹਿਬ, ਗੱਲ ਸੁਣੋ ਨਾ ਚੌਧਰੀ ਸਾਹਿਬ, ਗੱਲ ਸੁਣੋ ਨਾ ਵਡੇਰਾ ਸਾਹਿਬ, ਗੱਲ ਸੁਣੋ ਨਾ ਜਗੀਰਦਾਰ ਸਾਹਿਬ। ਅੱਜ ਮੇਰਾ ਦਿਲ ਬੇਕਰਾਰ ਹੋ ਗਿਆ ਹੈ, ਕੋਈ ਮੈਨੂੰ ਮਸ਼ਵਰਾ ਦਿਓ, ਕੋਈ ਡਾਕਟਰ ਸਾਹਿਬ ਜੀ ਮੈਨੂੰ ਕੋਈ ਮੈਡੀਕਲ ਵਾਲੀ ਦਵਾਈਆਂ ਦੇ ਦਿਓ, ਕੋਈ ਮੈਨੂੰ ਮੈਡੀਸਨ ਦਿਓ। ਹੈ ਹਕੀਮ ਜੀ, ਮੇਰਾ ਦਿਲ ਬੇਕਰਾਰ ਹੋ ਗਿਆ ਹੈ, ਕੋਈ ਮੈਨੂੰ ਪੁੜੀਆਂ ਬਣਾ ਕਰਕੇ ਦਿਓ। ਤਬੀਬ ਜੀ, ਮੇਰਾ ਦਿਲ ਬੇਕਰਾਰ ਹੋ ਗਿਆ ਹੈ, ਕੋਈ ਮੈਨੂੰ ਮੈਡੀਸਨ ਦੇ ਦਿਓ। ਕਾਰੀ ਸਾਹਿਬ ਜੀ, ਦਿਲ ਬੇਕਰਾਰ ਹੋ ਗਿਆ ਹੈ, ਕੋਈ ਦਮ ਕਰ ਦਿਓ, ਕੋਈ ਵਜ਼ੀਫਾ ਦੱਸ ਦਿਓ। ਫਿਰ ਟੁਰਦਾ ਹੈ ਗੱਦੇ ਨਸ਼ੀਨ ਸਾਹਿਬ ਜੀ, ਕੋਈ ਤਵੀਦ ਦੇ ਦਿਓ, ਕੋਈ ਧਾਗਾ
ਦਮ ਕਰਕੇ ਦੇ ਦਿਓ, ਕੋਈ ਵਜ਼ੀਫਾ ਦੱਸ ਦਿਓ। ਅੱਜ ਦਿਲ ਬੇਕਰਾਰ ਹੋ ਗਿਆ ਏ ਅੱਲਾਹ ਵਾਲਿਆ, ਜਿਵੇਂ ਜਿਵੇਂ ਲੋਕਾਂ ਦੇ ਕੋਲੋਂ ਜਾਣਾ ਏ, ਹਰ ਬੰਦਾ ਤੈਨੂੰ ਮਸ਼ਵਰਾ ਦਿੰਦਾ ਏ, ਕੋਈ ਗੱਦੇ ਨਸ਼ੀਨ ਆਖਦਾ ਏ, ਕਵਾਲੀਆਂ ਸੁਣ ਲੈ ਤੇਰੇ ਦਿਲ ਨੂੰ ਕਰਾਰ ਲੱਭ ਜਾਏਗਾ, ਕੋਈ ਡਾਕਟਰ ਸਾਹਿਬ ਆਖਦਾ ਏ, ਡਮ ਡਮਾਂ ਦੀਆਂ ਆਵਾਜ਼ਾਂ ਸੁਣ ਲੈ ਤੇਰੇ ਦਿਲ ਨੂੰ ਕਰਾਰ ਲੱਭ ਜਾਏਗਾ, ਆਪਣੇ ਕੋਈ ਸੁਰੰਗੀਆਂ ਦੀਆਂ ਆਵਾਜ਼ਾਂ ਸੁਣ ਲੈ, ਗਾਣੇ ਤੇ ਮਾਈਏ ਦੀਆਂ ਆਵਾਜ਼ਾਂ ਸੁਣ ਲੈ ਤੇਰੇ ਦਿਲ ਨੂੰ ਕਰਾਰ ਲੱਭ ਜਾਏਗਾ, ਉਹ ਲੋਕਾਂ ਦੀਆਂ ਉਹ ਕਵਾਲੀਆਂ ਤੇ ਗੁਫ਼ਤਗੂਆਂ ਤੇ ਕਹਾਣੀਆਂ ਸੁਣ ਲੈ ਤੇਰੇ ਦਿਲ ਨੂੰ ਕਰਾਰ ਲੱਭ ਜਾਏਗਾ। ਪਰ ਸ਼ੋਰ ਕੋਟ ਤੂੰ ਆਉਣ ਵਾਲਾ ਫਕੀਰ, ਤੈਨੂੰ ਪੈਗਾਮ ਦੇ ਕਰਕੇ ਜਾ ਰਿਹਾ ਏ, ਤੂੰ ਹਕੀਮਾਂ ਦੀਆਂ ਵੀ ਗੱਲਾਂ ਲੈ ਲਈਏ ਨੀ, ਤਬੀਬਾਂ ਦੀਆਂ ਗੱਲਾਂ ਵੀ ਲੈ ਲਈਏ ਨੀ, ਹਕੀਮਾਂ ਦੇ ਕੋਲ ਮਸ਼ਵਰੇ ਵੀ ਲੈ ਲੈਣੀ, ਪੀਰਾਂ ਫਕੀਰਾਂ ਗੱਦੀ ਨਸ਼ੀਨਾਂ ਦੇ ਕੋਲ ਵੀ ਮਸ਼ਵਰੇ ਲੈ ਲੈ, ਇੱਕ ਫਕੀਰ ਦਾ ਮਸ਼ਵਰਾ ਲੈ ਕਰਕੇ ਜਾ। ਮੈਂ ਅੱਲਾਹ ਦਾ ਕੁਰਾਨ ਪੜ੍ਹਨਾ ਵਾ, ਅੱਲਾਹ ਦਾ ਕੁਰਾਨ ਕੀ ਆਖਦਾ ਏ, ਜਦੋਂ ਦਿਲ ਬੇਕਰਾਰ ਹੋ ਜਾਏ ਕੀ ਕਰਨਾ ਏ, ਫਰਮਾਇਆ ਅੱਲਾ ਬਿਜ਼ਿਕਰਿਲਾਹੀ ਤਤਮਾਇਨੁਲ ਕੁਲੂਬ। ਅੱਲਾ ਫਰਮਾਉਂਦੇ ਨੇ ਮੇਰੇ ਬੰਦਿਆ, ਜਦੋਂ ਦਿਲ ਬੇਕਰਾਰ ਹੋ ਜਾਵੇ ਨਾ, ਅੱਲਾ ਦਾ ਜ਼ਿਕਰ ਕਰ ਤੇਰੇ ਮੂੰਹ ਵਿੱਚ ਕੰਡ ਪੈ ਜਾਏਗੀ, ਅੱਲਾ ਦਾ ਜ਼ਿਕਰ ਕਰ ਅੱਲਾ ਤੇਰੇ ਸੀਨੇ ਵਿੱਚ ਡੰਡ ਪਾ ਦੇਵੇਗਾ, ਅੱਲਾ ਦਾ ਜ਼ਿਕਰ ਕਰ ਅੱਲਾ ਤੇਰੇ ਦਿਲਾਂ ਨੂੰ ਕਰਾਰ ਦੇ ਦੇਵੇਗਾ, ਅੱਲਾ ਦਾ ਜ਼ਿਕਰ ਕਰ ਅੱਲਾ ਤੇਰੇ ਦਿਲਾਂ ਨੂੰ ਸਕੂਨ ਅਦਾ ਕਰ ਦੇਵੇਗਾ। ਅੱਲਾ ਬੀ ਜ਼ਿਕਰਿਲਾ, ਉਹ ਦੁੱਖਾਂ ਦੇ ਮਾਰਿਓ, ਉਹ ਬਲੱਡ ਪ੍ਰੈਸ਼ਰ ਦੇ ਮਰੀਜ਼ੋਂ, ਹਾਰਟ ਅਟੈਕ ਦੀ ਮਰਜ਼ ਵਿੱਚ ਮੁਬਤਲਾ ਹੋਣ ਵਾਲਿਓ, ਬੀਪੀ ਆਈ ਤਾਂ ਬੀਪੀ ਲੋ ਦਾ ਰੋਲਾ ਪਾਉਣ ਵਾਲਿਓ, ਸ਼ੂਗਰ ਦੀਆਂ ਸ਼ਿਕਾਇਤ ਕਰਨ ਵਾਲਿਓ, ਟੀਬੀ ਦੀਆਂ ਮਰਜ਼ਾਂ ਦੀਆਂ ਸ਼ਿਕਾਇਤ ਕਰਨ ਵਾਲਿਓ, ਅੱਲਾ ਦਾ ਕੁਰਾਨ ਕਹਿੰਦਾ ਏ ਸੋਰੰਗੀ ਇੱਕੋ ਗੱਲ, ਅੱਲਾ ਬਿਜ਼ਿਕਰਿਲਾ, ਰੱਬ ਦਾ ਜ਼ਿਕਰ ਕਰ ਤੇਰੀ ਟੈਨਸ਼ਨ ਖਤਮ ਹੋ ਜਾਏਗੀ, ਰੱਬ ਦਾ ਜ਼ਿਕਰ ਕਰ ਤੇਰੀਆਂ ਮਰਜ਼ਾਂ ਖਤਮ ਹੋ ਜਾਣਗੀਆਂ, ਰੱਬ ਦਾ ਜ਼ਿਕਰ ਕਰ ਤੇਰਾ ਬਲੱਡ ਪ੍ਰੈਸ਼ਰ ਖਤਮ ਹੋ ਜਾਏਗਾ, ਰੱਬ ਦਾ ਜ਼ਿਕਰ ਕਰ ਤੇਰੇ ਵਜੂਦ ਦੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ, ਰੱਬ ਦਾ ਜ਼ਿਕਰ ਕਰ ਰੱਬ ਤੇਰੇ ਵਜੂਦ ਨੂੰ ਸਕੂਨ ਅਦਾ ਕਰ ਦੇਗਾ। ਅੱਲਾ ਬਿਜ਼ਿਕਰਿਲਾ ਤਤਮਾਇਨੁਲ ਕੁਲੂਬ। ਬੰਦਿਆ ਤੇਰਾ ਈਮਾਨ ਪੱਕਾ ਹੋਣਾ ਚਾਹੀਦਾ ਹੈ, ਈਮਾਨ ਤੇਰਾ ਪੱਕਾ ਹੋਏ, ਇਹ ਨਹੀਂ ਜਿਵੇਂ ਸਾਡਾ ਈਮਾਨ ਬੜੇ ਟੈਬਲੇਟਾਂ 'ਤੇ ਯਕੀਨ ਬਣ ਗਿਆ ਹੈ, ਸਰ ਵਿੱਚ ਦਰਦ ਏ, ਦੱਸੋ ਕੀ ਖਾਂਦੇ ਹੋ, ਉਹ ਪੈਨਾਡੋਲ ਹੀ ਖਾਂਦੇ ਹੋ ਜਾਂ ਕੋਈ ਚੂਹੇ ਮਾਰ ਗੋਲੀ 'ਤੇ ਖਾਂਦੇ, ਨਹੀਂ ਨਾ ਖਾਂਦੇ, ਅਸੀਂ ਕੀ ਖਾਂਦੇ ਹਾਂ, ਅਸੀਂ ਖਾਂਦੇ ਹਾਂ ਪੈਨਾਡੋਲ, ਅਸੀਂ ਡਾਕਟਰ ਕੋਲੋਂ ਮਸ਼ਵਰੇ ਲੈਂਦੇ ਹਾਂ, ਸਾਡੇ ਪੇਟ ਅੰਦਰ ਕੋਈ ਮਸਲਾ ਬਣ ਜਾਏ ਅਸੀਂ ਹਕੀਮਾਂ ਕੋਲੋਂ ਟੁਰ ਜਾਂਦੇ ਹਾਂ, ਉਹਨਾਂ ਦੇ ਕੋਲੋਂ ਜਾ ਕੇ ਫੱਕੀ ਲੈ ਕਰਕੇ ਆਉਂਦੇ ਹਾਂ, ਜੇ ਫਿਰ ਵੀ ਸਮਝ ਨਾ ਆ ਰਹੀ ਹੋਵੇ ਅਸੀਂ ਡਾਕਟਰ ਦੇ ਕੋਲ ਟੁਰ ਜਾਂਦੇ ਹਾਂ, ਅਸੀਂ ਸਰਕਾਰੀ ਹੋਸਪਿਟਲਾਂ ਦੇ MBBS ਡਾਕਟਰਾਂ ਦੇ ਕੋਲੋਂ ਚਲੇ ਜਾਂਦੇ ਹਾਂ, ਸਾਡੇ ਪੇਟ ਨੂੰ ਮਰਾ ਦੇ, ਜ਼ਰਾ ਟੈਸਟ ਕਰੋ ਕੀ ਮਸਲਾ, ਇੰਜੈਕਸ਼ਨ ਲੱਗਣਗੇ, ਬੋਤਲਾਂ ਲੱਗਣਗੀਆਂ, ਤੁਹਾਡਾ ਇਲਾਜ
ਚ ਜਾਏਗਾ। ਪਤਾ ਇਹ ਲੱਗਿਆ ਸਾਡਾ ਯਕੀਨ ਬਣਿਆ ਗੋਲੀਆਂ 'ਤੇ ਬਣ ਗਿਆ, ਸਾਡਾ ਇਤਮਾਦ ਬਣਿਆ ਇੰਜੈਕਸ਼ਨਾਂ 'ਤੇ ਬਣ ਗਿਆ, ਇਹਨਾਂ ਬੋਤਲਾਂ 'ਤੇ ਬਣ ਗਿਆ। ਅੱਲਾਹ ਵਾਲਿਆ, ਉਹ ਜਿਸ ਰੱਬ ਨੇ ਤੇਰੇ ਜਿਸਮ ਦੇ ਅੰਦਰ 360 ਜੋੜ ਬਣਾਇਆ, ਸਰ ਤੋਂ ਲੈ ਕੇ ਪੈਰਾਂ ਤੱਕ ਤੇਰਾ ਵਜੂਦ ਬਣਾਇਆ, ਉਹ ਰੱਬ ਕਹਿ ਰਿਹਾ ਬੰਦਿਆ ਜੇ ਤੇਰੇ ਜਿਸਮ ਅੰਦਰ ਦਰਾਣਾ ਪੈ ਜਾਣ, ਤਕਲੀਫਾਂ ਪੈ ਜਾਣ, ਦਿਲ ਬੇਸਕੂਨ ਹੋ ਜਾਏ, ਤੇ ਅਲਾ ਬਿਜ਼ਿਕਰਿਲਾਹਿ ਤਤਮਾਇਨੁਲ ਕੁਲੂਬ, ਜ਼ਿਕਰ ਕਰਨਾ ਤੇਰਾ ਕੰਮ ਹੈ, ਸ਼ਫਾਵਾਂ ਦੇਣਾ ਦੱਸੋ ਕਿਹਦਾ ਕੰਮ ਹੈ? ਅੱਲਾਹ ਦਾ ਕੰਮ ਹੈ। ਅੱਲਾਹੁ ਅਕਬਰ ਅੱਲਾਹ, ਮੇਰੇ ਮੋਹਤਰਮ ਭਾਈਓ ਤਵੱਜੋ ਕਰਨਾ, ਅੱਲਾਹ ਦਾ ਕੁਰਾਨ ਕੀ ਕਹਿੰਦਾ ਹੈ? ਅੱਲਾ ਬਿਜ਼ਿਕਰਿਲਾਹਿ ਤਤਮਾਇਨੁਲ ਕੁਲੂਬ, ਅੱਲਾਹੁ ਅਕਬਰ ਅੱਲਾਹ, ਜ਼ਿਕਰ ਅੱਲਾਹ ਦਾ ਬੜਾ ਨਿਰਾਲਾ, ਟੁੱਟੇ ਦਿਲਾਂ ਨੂੰ ਜੋੜਨ ਵਾਲਾ, ਜ਼ਿਕਰ ਅੱਲਾਹ ਦਾ ਬੜਾ ਨਿਰਾਲਾ, ਟੁੱਟੇ ਦਿਲਾਂ ਨੂੰ ਜੋੜਨ ਵਾਲਾ, ਜ਼ਿਕਰ ਅੱਲਾਹ ਦਾ ਬੜਾ ਨਿਰਾਲਾ, ਜ਼ਖਮੀ ਦਿਲਾਂ ਨੂੰ ਜੋੜਨ ਵਾਲਾ, ਜ਼ਿਕਰ ਤੇ ਮੋਤੀ ਰੋਲੀ ਬੰਦ। ਮੇਰੇ ਮੋਹਤਰਮ ਭਾਈਓ, ਆਹੋ ਨਾ ਮੈਂ ਤੁਹਾਨੂੰ ਇੱਕ ਅੱਲਾਹ ਦੇ ਵਲੀ ਦੀ ਗੱਲ ਸੁਣਾਵਾਂ। ਇਹਦੇ ਜਿਸ ਸਮੁੰਦਰ ਦਰਾਣਾ ਪੈ ਗਈਆਂ, ਜਿਸ ਸਮੁੰਦਰ ਤਕਲੀਫਾਂ ਪੈ ਗਈਆਂ, ਹਜ਼ਰਤ ਇਮਾਮ ਇਬਨੇ ਕਈਮ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ, ਮੈਂ ਇੰਜ ਕਰਕੇ ਬੈਤੁਲਾਹ ਦਾ ਤਵਾਫ ਕਰਦਾ ਪਿਆ ਵਾ, ਤਵਾਫ ਕਰਦਿਆਂ ਕਰਦਿਆਂ ਮੇਰੇ ਜਿਸਮ ਵਿੱਚ ਦਰਦ ਪੈ ਗਈਏ, ਮੈਂ ਵਸਾ ਆਉ ਲਾਹੂ ਬੇ ਕੁੱਲੀ ਸ਼ੈਨ, ਮੈਂ ਹਰ ਤਰਫ ਆਪਣੀਆਂ ਨਜ਼ਰਾਂ ਦੌੜਾਨਾ ਵਾਂ, ਮੈਨੂੰ ਕੋਈ ਡਾਕਟਰ ਲੱਭ ਜਾਏ, ਮੈਨੂੰ ਕੋਈ ਤਬੀਬ ਲੱਭ ਜਾਏ, ਮੈਨੂੰ ਕੋਈ ਹਕੀਮ ਲੱਭ ਜਾਏ, ਪਰ ਮੈਨੂੰ ਕੋਈ ਡਾਕਟਰ ਨਹੀਂ ਲੱਭਿਆ, ਮੈਂ ਕੀ ਵੇਖਣਾ ਵਾਂ? ਮੇਰੇ ਦਿਲ ਅੰਦਰ ਖਿਆਲ ਆਇਆ, ਇੰਨਾ ਨਹਨੂ ਨਜ਼ਲਨਾ ਜ਼ਿਕਰਾ ਵਾ ਇੰਨਾ ਲਹੂ ਲਹਾਫਿਜ਼ੂਨ, ਕੁਰਾਨ ਵੀ ਅੱਲਾਹ ਦਾ ਜ਼ਿਕਰ ਹੈ, ਅੱਜ ਮੈਂ ਅੱਲਾਹ ਦਾ ਕੁਰਾਨ ਪੜ੍ਹਨਾ ਵਾ ਤਾਂ ਕਿ ਮੇਰੇ ਸੀਨੇ ਵਿੱਚ ਠੰਡ ਪੈ ਜਾਵੇ, ਮੇਰੇ ਦਿਲ ਦੀਆਂ ਮਰਜ਼ਾਂ ਖਤਮ ਹੋ ਜਾਣ, ਮੇਰੇ ਪੇਟ ਦੀਆਂ ਤਕਲੀਫਾਂ ਖਤਮ ਹੋ ਜਾਣ। ਮੇਰੇ ਮੋਹਤਰਮ ਭਾਈਓ, ਇੱਥੇ ਵੇਖਿਆ ਜਾਏਗੀ ਇਮਾਮ ਇਬਨ ਕਈਮ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ, ਮੈਂ ਬੈਤੁਲਾਹ ਦੇ ਕੋਨੇ ਵੱਲ ਬਹਿ ਜਾਣਾ ਵਾਂ, ਜਿਸ ਜਗ੍ਹਾ ਤੇ ਮੈਨੂੰ ਦਰਦ ਹੁੰਦੀ ਹੈ ਉਸ ਜਗ੍ਹਾ ਤੇ ਮੈਂ ਆਪਣਾ ਖੱਤ ਰੱਖ ਲੈਣਾ ਵਾਂ, ਤਪਲਣਾ ਵਾਂ, ਅਲਹਮਦੁਲਿਲਾਹਿ ਰੱਬਿਲ ਆਲਮੀਨ ਅਰ-ਰਹਿਮਾਨਿਰ ਰਹੀਮ ਮਾਲਿਕਿ ਯੌਮਿਦ-ਦੀਨ ਇਯਾਕ ਨਅਬੁਦੁ ਵਇਯਾਕ ਨਸਤਾਈਨ صراط المستقيم صراط الذين أنعمت عليهم غير المغضوب عليهم ولا الضالين آمين। ਅੱਲਾਹ ਦਾ ਵਲੀ ਆਖਦਾ ਹੈ ਇਧਰੋਂ ਸੂਰਤ ਮੁੱਕੀ ਹੈ, ਦੂਜੀ ਸੈਰ ਤੋਂ ਰੱਬ ਨੇ ਮੇਰੀਆਂ ਪੀੜਾਂ ਮੁਕਾ ਛੱਡੀਆਂ।
ਈਮਾਨ ਹੋਵੇ ਤਾਂ ਇੰਜ ਦਾ ਹੋਵੇ ਜੇ ਸਾਨੂੰ ਕੋਈ ਮਸਲਾ ਬਣਿਆ ਪਹਿਲੇ ਅਸੀਂ ਅੱਲਾਹ ਦਾ ਜ਼ਿਕਰ ਕਰੀਏ, ਅੱਲਾਹ ਦੇ ਅੱਗੇ ਕਿਹੜੇ ਕਿਹੜਾ ਕੇ ਰੋਈਏ। ਹਜ਼ਰਾਤ ਤੇ ਦੀਵਾਕਾਰ, ਮੇਰੇ ਮੋਹਤਰਮ ਭਾਈਓ, ਤਕਲੀਫਾਂ ਗਾ ਜਾਣ, ਆਪਣੇ ਰੱਬ ਨੂੰ ਯਾਦ ਕਰਨਾ ਹੈ। ਫੈਸਲਾਬਾਦੀਆ, ਇੱਕ ਗੱਲ ਦਾ ਬੜਾ ਦੁੱਖ ਹੁੰਦਾ ਹੈ, ਉਦੋਂ ਤੱਕ ਅਸੀਂ ਆਪਣੇ ਰੱਬ ਨੂੰ ਯਾਦ ਵੀ ਨਹੀਂ ਕਰਦੇ ਜਦੋਂ ਤੱਕ ਸਾਡੇ 'ਤੇ ਕੋਈ ਦੁੱਖ ਨਾ ਖਾ ਜਾਵੇ, ਉਦੋਂ ਤੱਕ ਤੁਸੀਂ ਆਪਣੇ ਰੱਬ ਦੇ ਨਾਲ ਰਾਬਤਾ ਵੀ ਨਹੀਂ ਕਰਦੇ ਜਦੋਂ ਤੱਕ ਸਾਡੇ 'ਤੇ ਕੋਈ ਤਕਲੀਫਾਂ ਨਾ ਖਾ ਜਾਣ, ਉਦੋਂ ਤੱਕ ਅਸੀਂ ਰੱਬ ਦੇ ਨਾਲ ਯਾਰੀਆਂ ਵੀ ਨਹੀਂ ਲਾਉਂਦੇ ਜਦੋਂ ਤੱਕ ਸਾਡੇ 'ਤੇ ਮੁਸੀਬਤਾਂ ਨਾ ਖਾ ਜਾਣ, ਉਦੋਂ ਤੱਕ ਤੁਸੀਂ ਅਸੀਂ ਰੱਬ ਦੇ ਨਾਲ ਦੋਸਤੀਆਂ ਵੀ ਨਹੀਂ ਲਾਉਂਦੇ ਜਦੋਂ ਤੱਕ ਸਾਡੇ 'ਤੇ ਕੋਈ ਮੁਸ਼ਕਿਲ ਟਾਈਮ ਨਾ ਖਾ ਜਾਏ। ਅੱਜ ਕੋਈ ਮੁਸ਼ਕਿਲ ਵੇਲਾ ਆ ਜਾਵੇ ਨਾ, ਅਸੀਂ ਰੱਬ ਦਾ ਦਰ ਛੱਡ ਕੇ ਤੀ ਲੋਕਾਂ ਦੇ ਦਰਾਂ ਦੇ ਦਰਵਾਜ਼ੇ ਖੜਕਾਨੇ ਆ। ਅੱਜ ਸਾਡੇ 'ਤੇ ਕੋਈ ਮੁਸੀਬਤ ਆ ਜਾਵੇ ਨਾ, ਆਪਣੇ ਰੱਬ ਦਾ ਦਰਵਾਜ਼ਾ ਛੱਡ ਕੇ ਲੋਕਾਂ ਦੇ ਦਰਵਾਜ਼ਿਆਂ 'ਤੇ ਡੇਰੇ ਲਾ ਲੈਂਦੇ ਹਾਂ। ਅੱਜ ਕੋਈ ਮੁਸ਼ਕਿਲ ਵੇਲਾ ਆ ਜਾਵੇ ਨਾ, ਆਪਣੇ ਰਹਿਮਾਨ ਦਾ ਦਰ ਛੱਡ ਕੇ ਲੋਕਾਂ ਦੇ ਡੇਰਿਆਂ 'ਤੇ ਡੇਰੇ ਲਾ ਲੈਂਦੇ ਹਾਂ। ਨਾ ਮੇਰੇ ਮੋਹਤਰਮ ਭਾਈਓ, ਹਰ ਵੇਲੇ ਰੱਬ ਨੂੰ ਯਾਦ ਕਰਨਾ ਜ਼ਰੂਰੀ ਨਹੀਂ ਕਿ ਰੱਬ ਤੇਰੇ 'ਤੇ ਮੁਸੀਬਤ ਲਾ ਕੇ ਕੜੀ ਕਰੇ, ਫਿਰ ਆਪਣੇ ਰੱਬ ਨੂੰ ਯਾਦ ਕਰੇ ਨਾ ਤੇਰੇ 'ਤੇ ਮੁਸ਼ਕਿਲ ਵੇਲਾ ਆਵੇ ਤੇ ਫਿਰ ਰੱਬ ਨੂੰ ਪੁਕਾਰੇ। ਨਾ ਨਾ ਮੇਰੇ ਮੋਹਤਰਮ ਭਾਈਓ, ਅਗਰ ਰੱਬ ਨੇ ਆਸਾਨੀ ਵਾਲੇ ਮਾਮਲਾਤ ਪੈਦਾ ਕੀਤੇ ਨਹੀਂ ਤੇ ਫਿਰ ਵੀ ਰੱਬ ਨੂੰ ਯਾਦ ਕਰ। ਜੇ ਰੱਬ ਨੇ ਤੇਰੇ ਵਾਸਤੇ ਆਸਾਨੀ ਵਾਲੇ ਰਸਤੇ ਬਣਾਏ ਨਹੀਂ, ਫਿਰ ਵੀ ਆਪਣੇ ਰੱਬ ਨੂੰ ਯਾਦ ਕਰ। ਹਰ ਵੇਲੇ ਆਪਣੇ ਰੱਬ ਰੱਬ ਕਰਿਆ ਕਰ, ਹਰ ਵੇਲੇ ਆਪਣੇ ਰੱਬ ਦਾ ਜ਼ਿਕਰ ਜ਼ਿਕਰ ਕਰਿਆ ਕਰ। ਅੱਲਾ ਤੇਰੀ ਦੁਨੀਆ ਵੀ ਬਿਹਤਰ ਬਣਾਏਗਾ, ਮੇਰਾ ਮਾਲਿਕ ਤੇਰੀ ਆਖਰਤ ਵੀ ਬਿਹਤਰ ਬਣਾਏਗਾ। ਆਓ ਜ਼ਰਾ ਤਵੱਜੋ ਕਰੀਏ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਮੈਂ ਜਦੋਂ ਮਿਰਾਜ ਵਾਲੀ ਰਾਤ ਮਿਰਾਜ ਤੇ ਗਿਆ ਵਾਂ, ਮੇਰੀ ਮੁਲਾਕਾਤ ਹੋਈ ਏ ਕਿ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਦੇ ਨਾਲ ਮੈਂ ਜੇ ਕਰਕੇ ਮੇਰੀ ਮੁਲਾਕਾਤ ਹੁੰਦੀ ਏ ਤੇ ਜਦੋਂ ਲੰਬੀਆਂ ਇੱਕ ਪੈਗਾਮ ਦਿੰਦੇ ਨੇ ਤੇ ਦੂਜਾ ਸਲਾਮ ਦਿੰਦੇ ਨੇ। ਫਰਮਾਇਆ ਕਿ ਸੁਣਿਆ, ਆਪਣੀ ਉਮਤ ਨੂੰ ਜਾ ਕੇ ਸਾਡਾ ਸਲਾਮ ਕਹਿ ਤੇ ਆਜੇ। ਓਏ ਅਬੂ ਹੁਰੈਰਾ, ਮਸਜਿਦ ਦਰਾਨ ਵਾਲਿਓ, ਤੁਸੀਂ ਕਿਤਨੀ ਅਜ਼ਮਤ ਵਾਲੇ ਜੇ, ਤੁਹਾਡਾ ਕਿੰਨਾ ਮਕਾਮ ਹੈ, ਤੁਹਾਨੂੰ ਸਲਾਮ ਦਿੰਦਾ ਹੈ ਜੱਦੂ ਲੰਬੀਆ ਹਜ਼ਰਤ ਇਬਰਾਹੀਮ ਤੇਰੀ ਆਏ। ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਸਾਨੂੰ ਸਲਾਮ ਦੇ ਰਹੇ। ਫਰਮਾਇਆ ਕਿ ਸੁਣਿਆ, ਇੱਕ ਤਾਂ ਸਲਾਮ ਏ, ਦੂਜਾ ਪੈਗਾਮ ਏ। ਫਰਮਾਇਆ ਕਿ ਕਿਹੜਾ ਪੈਗਾਮ ਏ? ਆਪਣੀ ਉਮਤ ਨੂੰ ਕਹਿਣਾ ਏ ਜੰਨਤ ਦੇ ਅੰਦਰ ਜ਼ਮੀਨ ਚਟਿਓਲ ਮੈਦਾਨ ਏ, ਉਹਨੂੰ ਆਬਾਦ ਕਰ ਕਰਕੇ ਆਉਣਾ ਏ, ਉਹਦੇ ਅੰਦਰ ਬੂਟੇ ਲਗਾ ਕਰਕੇ ਆਉਣਾ ਏ, ਉਹਦੇ ਅੰਦਰ ਦਰਖਤ ਲਗਾ ਕਰਕੇ ਆਉਣਾ ਏ, ਉਹਦੇ ਅੰਦਰ ਫਲ ਲਗਾ ਕਰਕੇ ਆਉਣਾ ਏ। ਸੁਣਿਆ, ਦੱਸੋ ਨਾ ਮੇਰੀ ਉਮਤ ਕਿਵੇਂ ਕਰਕੇ ਬੂਟੇ ਲਗਾਏਗੀ, ਕਿਵੇਂ ਕਰਕੇ ਮੇਰੀ ਉਮਤ ਦਰਖਤ ਲਗਾਏਗੀ, ਕਿੰਝ ਕਰਕੇ ਮੇਰੀ ਉਮਤ ਜੰਨਤ ਦੀਆਂ ਕਾਸ਼ਤਕਾਰੀਆਂ ਕਰੇਗੀ, ਕਿੰਝ ਕਰਕੇ ਮੇਰੀ ਉਮਤ ਜੰਨਤ ਦੇ ਅੰਦਰ ਬੂਟੇ ਲਗਾਏਗੀ। ਫਰਮਾਇਆ, ਤੁਹਾਡੀ ਉਮਤ ਚਲਦਿਆਂ ਫਿਰਦਿਆਂ ਜ਼ਮੀਨ 'ਤੇ ਅੱਲਾਹ ਦਾਦੀ ਕਰ ਕਰੇ ਜ਼ਬਾਨ ਵਿੱਚ ਪੜੇ, ਸੁਬਹਾਨ ਅੱਲਾਹ ਅਲਹਮਦੁਲਿਲਾਹ ਲਾ ਇਲਾਹਾ ਇਲਾਹ
ਅੱਲਾਹੁ ਅਕਬਰ। ਤੁਹਾਡੀ ਉਮਤ ਚਲਦਿਆਂ ਫਿਰਦਿਆਂ ਫੈਸਲਾਬਾਦ ਦੀ ਧਰਤੀ ਹੋਵੇ, ਲਾਹੌਰ ਦੀ ਧਰਤੀ ਹੋਵੇ, ਤੇਰੀ ਸੈਫਾਬਾਦ ਦੀ ਧਰਤੀ ਹੋਵੇ, ਬੰਦਾ ਚਲਦਿਆਂ ਫਿਰਦਿਆਂ ਜ਼ਮੀਨ ਤੇ ਸੁਬਾਨ ਅੱਲਾਹ ਕਵੇਗਾ, ਇਹਦੇ ਬਦਲੇ ਅੰਦਰ ਅੱਲਾਹ ਤੇਰੇ ਨਾਮ ਦੇ ਜੰਨਤ ਅੰਦਰ ਦਰਖਤ ਲਗਾ ਛੱਡੇਗਾ। ਉਹ ਪੜ੍ਹੋਗੇ, ਮੈਂ ਐਡੀ ਵੱਡੀ ਹਦੀਸ ਬਿਆਨ ਕੀਤੀ ਹੈ, ਤੁਸੀਂ ਫਿਰ ਵੀ ਸੁਬਾਨ ਅੱਲਾਹ, ਮੈਨੂੰ ਲੱਗਦਾ ਤੁਹਾਨੂੰ ਲੋੜ ਵੀ ਕਹਾਣੀ ਕਿ ਜੰਨਤ ਅੰਦਰ ਸਾਡਾ ਕੋਈ ਬੂਟਾ ਲੱਗ ਜਾਏ, ਜੇ ਲੋੜ ਹੈ ਤਾਂ ਫਿਰ ਕਹੋ ਨਾ ਸੁਬਾਨ ਅੱਲਾਹ। ਇੱਥੇ ਜਿੰਨੀ ਵਾਰੀ ਕਹੋਗੇ ਅੱਲਾਹ ਉਨੀ ਵਾਰ ਤੁਹਾਡੇ ਜੰਨਤ ਦੇ ਅੰਦਰ ਦਰਖਤ ਲਗਾਈ ਜਾਏਗਾ। ਮੇਰੇ ਮੋਹਤਰਮ ਭਾਈਓ ਤਵੱਜੋ ਕਰਨਾ, ਆਜ ਮੰਗ ਲੈ ਜੋ ਕੁਛ ਚਾਹਨਾ ਏ, ਆਜ ਮੰਗ ਲੈ ਜੋ ਕੁਛ ਚਾਹਨਾ ਏ, ਤੇਰਾ ਰੱਬ ਹਾਂ ਕਿਉਂ ਸ਼ਰਮਾਨਾ ਏ, ਆਜ ਮੰਗ ਲੈ ਜੋ ਕੁਛ ਰੱਬ ਕੋਲੋਂ ਮੰਗਿਆ ਕਰੇ ਕਿਉਂ ਸ਼ਰਮਾਨਾ ਏ। ਲੋਕਾਂ ਦੇ ਅੱਗੇ ਹੱਥ ਫੈਲਾਉਂਦਿਆਂ ਕਦੀ ਨਹੀਂ ਸ਼ਰਮਾਉਂਦੇ, ਉਹ ਲੋਕਾਂ ਦੀਆਂ ਜਾ ਕਰਕੇ ਝੂਠੀਆਂ ਤਾਰੀਫਾਂ ਕਰਦਿਆਂ ਕਦੀ ਨਹੀਂ ਸ਼ਰਮਾਉਂਦੇ, ਲੋਕਾਂ ਦੇ ਗੀਤ ਗਾਉਂਦਿਆਂ ਕਦੀ ਨਹੀਂ ਸ਼ਰਮਾਉਂਦੇ। ਰੱਬ ਅੱਗੇ ਮੰਗਦਿਆਂ ਤੁਹਾਨੂੰ ਸ਼ਰਮ ਆਉਂਦੀ ਏ, ਰੱਬ ਦੇ ਅੱਗੇ ਆ ਕੇ ਸ਼ਰਮਾਉਣਾ ਨਹੀਂ ਚਾਹੀਦਾ, ਉਹ ਤੁਹਾਡਾ ਰੱਬ ਆਪ ਹੀ ਆਖਦਾ ਏ, ਅੱਜ ਮੰਗ ਲੈ ਜੋ ਕੁਛ ਚਾਹਨਾ ਏ, ਤੇਰਾ ਰੱਬ ਹਾਂ ਕਿਉਂ ਸ਼ਰਮਾਨਾ ਏ, ਅੱਜ ਮੰਗ ਲੈ ਜੋ ਕੁਛ ਚਾਹਨਾ ਏ, ਤੇਰਾ ਰੱਬ ਹਾਂ ਕਿਉਂ ਸ਼ਰਮਾਨਾ ਏ, ਕਿਉਂ ਬੂਵੇ ਗਹਿਰਾਂ ਤੇ ਤੂੰ ਜਾਣਾ ਏ, ਕਿਉਂ ਤੂੰ ਗਹਿਰਾਂ ਤੇ ਬੂਵੇ ਤੇ ਜਾਣਾ ਏ, ਪੜ ਲਾ ਇਲਾਹਾ ਇਲਲਾ, ਪੜੋ ਲਾ ਇਲਾਹਾ ਇਲਲਾ, ਮੈਨੂੰ ਮਿਲਣ ਦਾ ਲੱਗਦਾ ਕਿਰਾਇਆ ਨਹੀਂ, ਉਹ ਮੈਨੂੰ ਮਿਲਣ ਦਾ ਲੱਗਦਾ ਕਿਰਾਇਆ ਨਹੀਂ, ਮੈਨੂੰ ਮਿਲਣ ਦਾ ਲੱਗਦਾ ਕਿਰਾਇਆ ਨਹੀਂ, ਮੈਂ ਕੋਈ ਦੂਰ ਮਹੱਲ ਬਣਾਇਆ ਨਹੀਂ, ਪੜ ਲਾ ਇਲਾਹਾ ਨਹੀਂ 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 ਪੜੋ ਲਾ ਇਲਾਹਾ ਇਲਲਾਹ, ਪੜੋ ਲਾ ਇਲਾਹਾ ਇਲਲਾਹ, ਕਿਉਂ ਪੜਨਾ ਏ ਮੈਨੂੰ ਬਿਆਬਾਨ ਅੰਦਰ, ਮੈਂ ਹਾਂ ਤੇਰੇ। ਮੇਰੇ ਮੋਹਤਰਮ ਭਾਈਓ ਆਓ, ਅੱਲਾ ਕੀ ਆਖਣਾ ਚਾਹੁੰਦੇ ਨੇ, ਅੱਲਾ ਸਬਕ ਦੇਣਾ ਚਾਹੁੰਦੇ ਨੇ, ਅੱਲਾ ਸਾਨੂੰ ਦਰਸ ਦੇਣਾ ਚਾਹੁੰਦੇ ਨੇ। ਬੰਦਿਆ ਮੇਰੇ ਅੱਗੇ ਮੰਗਣਾ ਸ਼ਰਮਾਣਾ ਨਹੀਂ, ਸ਼ਰਮਾਣਾ ਹਰ ਵੇਲੇ ਮੇਰੇ ਦਰਵਾਜ਼ੇ ਤੇ ਆ ਕੇ ਮੰਗਣਾ ਹੈ। ਤੇ ਕੱਲ ਮੇਰਾ ਵਿਰਾਜ ਕਰਿਆ ਕਰ, ਲਾ ਇਲਾਹਾ ਇਲਲਾਹ, ਅੱਲਾ ਤੇਰੇ ਤੋਂ ਇਲਾਵਾ ਮੈਨੂੰ ਰੋਜ਼ੀਆਂ ਦੇਣ ਵਾਲਾ ਕੋਈ ਨਹੀਂ, ਅੱਲਾ ਤੇਰੇ ਤੋਂ ਇਲਾਵਾ ਮੈਨੂੰ ਜੰਨਤ ਵਿੱਚ ਲੈ ਕਰਕੇ ਜਾਣ ਵਾਲਾ ਕੋਈ ਨਹੀਂ, ਅੱਲਾ ਤੇਰੇ ਤੋਂ ਇਲਾਵਾ ਰੋਜ਼ੇ ਮਾਸ਼ਰ ਦੀਆਂ ਜ਼ਲਾਲਤਾਂ ਤੋਂ ਕੋਈ ਬਚਾਉਣ ਵਾਲਾ ਨਹੀਂ। ਆਪਣੇ ਰੱਬ ਅੱਗੇ ਇਹ ਜਿਹੀਆਂ ਗੱਲਾਂ ਕਰਿਆ ਕਰ, ਅੱਲਾ ਤੇਰੀ ਦੁਨੀਆ ਵੀ ਬਿਹਤਰ ਕਰੇ, ਅੱਲਾ ਤੇਰੀ ਆਖਰਤ ਵੀ ਬਿਹਤਰ ਕਰ। ਹਜ਼ਰਾਤ ਦਿਵਾਕਾਰ ਤਵੱਜੋ ਕਰਨਾ, ਗੌਰ ਕਰਦਿਆਂ ਜਾਣਾ, ਮੈਂ ਜਿੰਨਾ ਬਾਤਾਂ ਦਾ ਜ਼ਿਕਰ ਕਰ ਰਹੀਆਂ ਵਾਂ, ਮੇਰੇ ਮੋਹਤਰਮ ਭਾਈਓ ਜ਼ਿਕਰ ਕਰਨਾ ਏ, ਚਲਦਿਆਂ ਫਿਰਦਿਆਂ ਜ਼ਿਕਰ ਕਰਨਾ ਏ, ਉੱਠਦਿਆਂ ਬੈਠਦਿਆਂ ਤੇਰੀ ਜ਼ਬਾਨ 'ਤੇ ਜ਼ਿਕਰ ਹੋਣਾ ਚਾਹੀਦਾ ਏ, ਰੱਬ ਦਾ ਰਿਜ਼ਕ ਖਾਵੇਂ ਅਤੇ ਤੇਰੀ ਜ਼ਬਾਨ 'ਤੇ ਅੱਲਾ ਦਾ ਸ਼ੁਕਰ ਹੋਣਾ ਚਾਹੀਦਾ ਏ, ਤੂੰ ਬੈਰੂ ਫਲ ਫਰੂਟ ਲੈ ਕਰਕੇ ਆਵੇਂ, ਤੇਰੀ ਜ਼ਬਾਨ 'ਤੇ ਰੱਬ ਦਾ ਸ਼ੁਕਰ ਹੋਣਾ ਚਾਹੀਦਾ ਏ, ਜੇ ਰੱਬ ਨੇ ਬੇਟੀ ਦੇ ਦਿੱਤੀ ਏ ਅੱਲਾ ਦਾ ਸ਼ੁਕਰ ਕਰਿਆ ਕਰ,
ਅੱਲਾ ਨੇ ਬੇਟਾ ਦੇ ਦਿੱਤਾ ਹੈ, ਅੱਲਾ ਦਾ ਸ਼ੁਕਰ ਕਰਿਆ ਕਰ, ਰੱਬ ਨੇ ਕਾਰੋਬਾਰ ਚੰਗਾ ਬਣਾ ਦਿੱਤਾ ਹੈ, ਅੱਲਾ ਦਾ ਸ਼ੁਕਰ ਕਰਿਆ ਕਰ, ਜੇ ਰੱਬ ਨੇ ਸ਼ਾਮ ਵੇਲੇ ਚੰਗੀਆਂ ਰੋਜ਼ੀਆਂ ਦੇ ਛੱਡੀਆਂ ਨੇ, ਆਪਣੇ ਰੱਬ ਦਾ ਸ਼ੁਕਰ ਕਰਿਆ ਕਰ। ਆਓ ਨਾ ਤਵੱਜੋ ਕਰੀਏ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਯਾ ਮਾਦੂ ਉਸੀ ਕਾ, ਐ ਮੇਰਾ ਪਿਆਰਾ ਮਾਦੇ, ਮੈਂ ਤੈਨੂੰ ਵਸੀਅਤ ਕਰਨਾ ਚਾਹਵਾਂ। ਸੋਹਣਿਆ ਗੱਲ ਕਰੋ, ਕਿਹੜੀ ਵਸੀਅਤ ਕਰਨੀ ਹੈ? ਫਰਮਾਇਆ ਕਰ ਫਰਦ ਨਮਾਜ਼ ਤੂੰ ਪਾ ਦੇ, ਅੱਲਾ ਦਾ ਜ਼ਿਕਰ ਵੀ ਕਰਿਆ ਕਰ, ਅੱਲਾ ਦਾ ਸ਼ੁਕਰ ਵੀ ਕਰਿਆ ਕਰ। ਅੱਲਾ ਦੇ ਨਬੀ ਜੀ ਦੱਸੋ ਨਾ ਮੈਂ ਕਿੰਝ ਕਰਕੇ ਜ਼ਿਕਰ ਕਰਨਾ ਹੈ? ਫਰਮਾਇਆ ਜਦੋਂ ਨਮਾਜ਼ ਪੜ੍ਹ ਲਵੇ, ਨਮਾਜ਼ ਪੜ੍ਹ ਕੇ ਪੜਿਆ ਕਰ, ਰੱਬੀ ਆਇਨੀ ਅਲਾ ਜ਼ਿਕਰੀ ਕਾ ਵ ਸ਼ੁਕਰੀ ਕਾ ਵ ਗੁਸਨੀ ਕੀ ਇਬਾਦਤ ਕੇ, ਅੱਲਾ ਸੁਣਿਆ ਮੈਨੂੰ ਤਾਕਤ ਦੇ ਦੇ, ਅੱਲਾ ਸੁਣਿਆ ਮੈਨੂੰ ਕੁਵਤ ਦੇ ਦੇ, ਅੱਲਾ ਸੁਣਿਆ ਮੇਰੇ ਤੇ ਇਹਸਾਨ ਕਰ ਦੇ, ਅੱਲਾ ਸੁਣਿਆ ਮੈਨੂੰ ਸੋਹਣੀ ਸੋਹਣੀ ਜ਼ਬਾਨ ਦੇ ਦੇ। ਜਿਸ ਜ਼ਬਾਨ ਦੇ ਨਾਲ ਤੇਰਾ ਜ਼ਿਕਰ ਕਰਿਆ ਕਰਾਂ, ਜਿਸ ਜ਼ਬਾਨ ਦੇ ਨਾਲ ਤੇਰੀਆਂ ਨਿਮਤਾਂ ਖਾ ਕੇ ਸ਼ੁਕਰ ਕਰਿਆ ਕਰਾਂ, ਅੱਲਾ ਸੁਣਿਆ ਮੈਨੂੰ ਜ਼ਬਾਨ ਦੇ ਦੇ। ਜੇ ਤੇ ਨਾਲ ਮੈਂ ਚੱਲਾਂ ਤਾਂ ਤੇਰਾ ਜ਼ਿਕਰ ਕਰਾਂ, ਬੈਠਾਂ ਤੇ ਤੇਰਾ ਜ਼ਿਕਰ ਕਰਾਂ, ਤੇਰੀਆਂ ਨਿਮਤਾਂ ਖਾਵਾਂ ਤੇ ਤੇਰੀਆਂ ਨਿਮਤਾਂ ਵੇਖਾਂ, ਸੁਣਿਆ ਮੈਂ ਤੇਰਾ ਸ਼ੁਕਰ ਅਦਾ ਕਰਿਆ ਕਰਾਂ। ਅੱਲਾ ਵਾਲਿਆ ਆਪਣੇ ਰੱਬ ਦਾ ਜ਼ਿਕਰ ਦਾ ਸ਼ੁਕਰ ਕਰਿਆ ਕਰ। ਵੇਖਿਆ ਜੇ ਜਿਸ ਨਬੀ ਦਾ ਕਲਮਾ ਪੜਿਆ ਏ, ਉਹਨੂੰ ਜ਼ਿਕਰ ਨਾਲ ਕਿੰਨਾ ਪਿਆਰ ਏ, ਉਹਨੂੰ ਸ਼ੁਕਰ ਦੇ ਨਾਲ ਕਿੰਨਾ ਪਿਆਰ ਏ। ਇੰਜ ਕਰਕੇ ਇੱਕ ਦਿਨ ਆਸਮਾਨ ਤੋਂ ਜਿਬਰੀਲ ਆ ਗਿਆ ਏ, ਆ ਕਰਕੇ ਅਰਦ ਕਰਦਾ, ਸੋਹਣਿਆ ਅੱਲਾ ਪਾਕ ਫਰਮਾਉਂਦੇ ਨੇ ਮੱਕੇ ਦੇ ਅੰਦਰ ਜਿਹੜੀ ਬਤਹਾ ਵਾਦੀ ਏ, ਅਗਰ ਇਜਾਜ਼ਤ ਹੋਵੇ ਨਾ ਅਸੀਂ ਇਹਨੂੰ ਸਾਰੀ ਦੀ ਸਾਰੀ ਨੂੰ ਸੋਨੇ ਦੀ ਬਣਾ ਦੇਣੇ ਆ। ਤੁਸੀਂ ਖਾਓਗੇ ਮੁੱਕੇਗੀ ਨਹੀਂ, ਤੁਸੀਂ ਲੋਕਾਂ ਅੰਦਰ ਤਕਸੀਮ ਕਰੋਗੇ, ਇਹ ਸੋਨੇ ਦੀ ਵਾਦੀ ਖਤਮ ਨਹੀਂ ਹੋਵੇਗੀ। ਲੋਕਾਂ ਅੰਦਰ ਤਕਸੀਮ ਕਰੋ, ਯਤੀਮਾਂ ਮਾੜਿਆਂ ਅਤੇ ਚੰਗਿਆਂ ਬੰਦਿਆਂ ਦੇ ਅੰਦਰ ਤਕਸੀਮ ਕਰੋਗੇ, ਇਹ ਖਤਮ ਨਹੀਂ ਹੋਏਗੀ। ਅਤੇ ਮੇਰੇ ਨਬੀ ਨੇ ਕੀ ਜਵਾਬ ਦਿੱਤਾ? ਤੜਪਿਆ ਜੇ ਗੁਮਤੀਆ, ਨਬੀ ਪਾਕ ਫਰਮਾਉਂਦੇ ਨੇ, ਐ ਮੇਰਾ ਪਿਆਰਾ ਜਿਬਰੀਲ, ਮੈਨੂੰ ਇੰਨੀ ਦੌਲਤਾਂ ਦੀ ਲੋੜ ਕੋਈ ਨਹੀਂ। ਅੱਜ ਜਿਹੜਾ ਨੌਜਵਾਨ ਹੈ ਦੌਲਤਾਂ ਦੇ ਪਿੱਛੇ ਨਸ਼ੇ ਲਾਈ ਫਿਰਦਾ ਹੈ, ਅੱਜ ਨੌਜਵਾਨ ਹੈ ਨਾ ਦਿਨ ਵੇਖਦਾ ਤਾਂ ਨਾ ਰਾਤਾਂ ਵੇਖਦਾ ਹੈ, ਬਸ ਦੌਲਤਾਂ ਹੀ ਦੌਲਤਾਂ ਹੋਣੀਆਂ ਚਾਹੀਦੀਆਂ ਨੇ, ਬੈਂਕ ਬੈਲੈਂਸ ਬੈਲੈਂਸ ਹੀ ਹੋਣਾ ਚਾਹੀਦਾ ਹੈ, ਬਸ ਮੇਰੇ ਕੋਲ ਗੱਡੀ ਚੰਗੀ ਹੋਣੀ ਚਾਹੀਦੀ ਹੈ, ਮੇਰੇ ਕੋਲ ਬੰਗਲਾ ਚੰਗਾ ਹੋਣਾ ਚਾਹੀਦਾ ਹੈ, ਮੇਰੇ ਕੋਲ ਸਵਾਰੀ ਚੰਗੀ ਹੋਣੀ ਚਾਹੀਦੀ ਹੈ। ਉਹ ਜਿਹੜਾ ਨਬੀ ਦਾ ਗੁਮਤੀ ਹੋਇਆ ਕਰਦਾ ਹੈ, ਰੱਬ ਦੀਆਂ ਨਿਮਤਾਂ ਕਾ ਕਰਕੇ ਤੀ ਅੱਲਾ ਦਾ ਸ਼ੁਕਰ ਕਰਿਆ ਕਰਦਾ ਹੈ। ਰੱਬ ਨੇ ਬੰਗਲਾ ਦਿੱਤਾ ਹੀ ਤਾਂ ਰੱਬ ਦਾ ਸ਼ੁਕਰ ਕਰ, ਰੱਬ ਨੇ ਗੱਡੀਆਂ ਦਿੱਤੀਆਂ ਨਹੀਂ ਤਾਂ ਰੱਬ ਦਾ ਸ਼ੁਕਰ ਕਰ, ਰੱਬ ਨੇ ਤੈਨੂੰ ਮਹੱਲਾ ਤਾਂ ਕੀਤੇ ਨਹੀਂ, ਰੱਬ ਦਾ ਸ਼ੁਕਰ ਅਦਾ ਕਰ। ਜੇ ਰੱਬ ਨੇ ਫੈਕਟਰੀਆਂ ਦਾ ਮਾਲਕ ਬਣਾਇਆ ਤੇ ਰੱਬ ਦਾ ਸ਼ੁਕਰ ਕਰਿਆ ਕਰ। ਤੇ ਨਬੀ ਪਾਕ ਫਰਮਾਉਂਦੇ ਨੇ ਕੋਈ ਲੋੜ ਨਹੀਂ ਇੰਨੀਆਂ ਦੌਲਤਾਂ ਦੀਆਂ। ਫਰਮਾਇਆ ਸੋਹਣਿਆ ਫਿਰ ਕੀ ਚਾਹੁੰਦੇ ਹੋ? ਅਸੀਂ ਇਹ ਚਾਹੁੰਦੇ ਹਾਂ ਇੱਕ ਦਿਨ ਅੱਲਾ ਦਾ ਜ਼ਿਕਰ, ਇੱਕ ਦਿਨ ਮੈਂ ਰੱਜ ਕੇ ਖਾ ਲਵਾਂ ਅਤੇ ਇੱਕ ਦਿਨ ਭੁੱਖਿਆਂ ਰਹਿ ਲਵਾਂ। ਸੁਣਿਆ ਇਹਦੇ ਅੰਦਰ ਹਿਕਮਤ ਕੀ ਹੈ? ਫਰਮਾਇਆ ਹਿਕਮਤ ਆ, ਜਿਸ ਦਿਨ ਰੱਬ ਦਾ ਰਿਜ਼ਕ ਖਾ ਲਵਾਂਗਾ ਉਦੋਂ ਅੱਲਾ ਦਾ ਸ਼ੁਕਰ ਕਰਿਆ ਕਰਾਂਗਾ, ਜਿਸ ਦਿਨ ਭੁੱਖਿਆ ਰਵਾਂਗਾ ਉਦੋਂ ਰੱਜ ਕੇ ਅੱਲਾ ਦਾ ਜ਼ਿਕਰ ਕਰਿਆ ਕਰਾਂਗਾ। ਜ਼ਿਕਰ ਵੀ ਹੋ ਜਾਏਗਾ ਤੇ ਰੱਜ ਕੇ ਸ਼ੁਕਰ ਵੀ ਹੋ ਜਾਏਗਾ।
ਇੱਥੇ ਕਈਆਂ ਬੰਦਿਆਂ ਨੂੰ ਵੇਖਿਆ ਹੈ ਉਹ ਰੱਬ ਦੇ ਸ਼ਿਕਵੇ ਹੀ ਕਰਦੇ ਨਜ਼ਰ ਆਉਂਦੇ ਨੇ, ਉਹ ਰੱਬ ਨੇ ਖਾਣ ਦਾ ਵੀ ਦਿੱਤਾ ਹੈ, ਉਹ ਰੱਬ ਨੇ ਪਾਉਣ ਦਾ ਵੀ ਦਿੱਤਾ ਹੈ, ਰੱਬ ਨੇ ਹਟਾਉਣ ਦਾ ਵੀ ਦਿੱਤਾ ਹੈ, ਉਹ ਰੱਬ ਨੇ ਘਰ ਵੀ ਆਪਣਾ ਦਿੱਤਾ ਹੈ, ਸਾਰਾ ਕੁਝ ਦੇਣ ਦੇ ਬਾਵਜੂਦ ਰੱਬ ਦਾ ਸ਼ਿਕਵਾ ਕਰਦੇ ਨੇ, ਅੱਲਾਹ ਨੇ ਮੈਨੂੰ ਕੀ ਦਿੱਤਾ ਹੈ, ਫਲਾਣੇ ਬੰਦੇ ਨੂੰ ਇੰਨੀਆਂ ਦੌਲਤਾਂ, ਇੰਨੇ ਮਾਲ, ਇੰਨੀਆਂ ਪ੍ਰਾਪਰਟੀਆਂ ਦੇ ਦਿੱਤੀਆਂ, ਉਹ ਮੈਨੂੰ ਕੀ ਦਿੱਤਾ ਹੈ, ਉਹ ਅੱਲਾਹ ਵਾਲਿਆ ਰੱਬ ਦੇ ਸ਼ਿਕਵੇ ਕਰਨੇ। ਤੇ ਇੱਕ ਦਿਨ ਹਜ਼ਰਤ ਸ਼ੇਖ ਸਾਦੀ ਰਹਿਮਤੁਲਾ ਅਲੈਹ ਜਾ ਰਹੇ ਨੇ ਬਾਜ਼ਾਰ ਦੇ ਅੰਦਰ, ਕੀ ਵੇਖਦੇ ਨੇ ਸਾਹਮਣੇ ਵੇਖਿਆ ਰਿਆਸਤ ਦਾ ਬਾਦਸ਼ਾਹ ਆ ਰਿਹਾ ਹੈ, ਤੇ ਰਿਆਸਤ ਦਾ ਬਾਦਸ਼ਾਹ ਹੈ, ਗਲੇ ਦੇ ਅੰਦਰ ਸੋਨਾ ਹੀ ਸੋਨਾ ਪਾਇਆ ਹੋਇਆ ਹੈ, ਤੇ ਹਜ਼ਰਤ ਸ਼ੇਖ ਸਾਦੀ ਰਹਿਮਤੁਲਾ ਅਲੈਹ ਦੀ ਪੈਰ ਵਿੱਚ ਪਾਉਣ ਵਾਲੀ ਜੁੱਤੀ ਟੁੱਟ ਗਈ ਹੈ, ਤੇ ਬੋਲ ਕਰਕੇ ਆਖਦੇ ਨੇ ਅੱਲਾਹ ਇਹਨੂੰ ਇੰਨਾ ਕੁਝ ਦਿੱਤਾ ਹੈ, ਮੈਨੂੰ ਜੁੱਤੀ ਪਾਉਣ ਦੀ ਨਹੀਂ ਦਿੱਤੀ। ਸ਼ੇਖ ਸਾਦੀ ਆਖਦੇ ਨੇ ਅੱਲਾ ਜਿਹੜਾ ਕਦੀ ਮਸੀਤੇ ਨਹੀਂ ਵੜਿਆ, ਅਸੀਂ ਮਸੀਤੇ ਵੜਨਿਆ, ਉਹਨੂੰ ਇੰਨਾ ਕੁਝ ਦੇ ਦਿੱਤੇ ਤਾਂ ਮੈਨੂੰ ਕੀ ਦਿੱਤੇ। ਇੰਝ ਕਰਕੇ ਜਾਂਦਿਆਂ ਜਾਂਦਿਆਂ ਸ਼ੇਖ ਸਾਦੀ ਇੱਕ ਚੌਂਕ ਦੇ ਅੰਦਰ ਵੇਖਦੇ ਨੇ ਇੱਕ ਬੰਦਾ ਏ ਜਿਹਦੇ ਪੈਰ ਵੀ ਕੋਈ ਨਹੀਂ। ਸ਼ੇਖ ਸਾਦੀ ਰਹਿਮਤੁਲਾ ਅਲੈਹ ਦੀਆਂ ਡਾਈਆਂ ਨਿਕਲ ਗਈਆਂ, ਰੋ ਕੇ ਆਖਦੇ ਨੇ ਅੱਲਾ ਮੈਨੂੰ ਮਾਫ ਕਰ ਦੇ, ਅੱਲਾ ਮੈਨੂੰ ਮਾਫ ਕਰ ਦੇ। ਕੋਈ ਗੱਲ ਨਹੀਂ, ਉਹ ਸ਼ੇਖ ਸਾਦੀ ਨੂੰ ਜੁੱਤੀ ਨਹੀਂ ਉਹ ਦਿੱਤੀ ਪਰ ਪੈਰ ਤਾਂ ਸਲਾਮਤ ਦੇ ਛੱਡੇ ਨਹੀਂ। ਅੱਲਾ ਕੋਈ ਗੱਲ ਨਹੀਂ, ਜੇ ਮੈਨੂੰ ਦੌਲਤਾਂ ਨਹੀਂ ਉਹ ਦਿੱਤੀਆਂ, ਮੈਨੂੰ ਹੱਥ ਤਾਂ ਸਲਾਮਤ ਦੇ ਦਿੱਤੇ ਨਹੀਂ। ਹਜ਼ਰਾ ਜੀ ਜਦੋਂ ਪ੍ਰੋਗਰਾਮਾਂ 'ਤੇ ਛਾਣਿਆ ਰਾਸਤੇ ਦੇ ਅੰਦਰ ਵੇਖਣਿਆ ਕਈ ਕਈ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਬੰਦੇ ਘਸੀੜਦੇ ਫਿਰਦੇ ਹੁੰਦੇ ਨਹੀਂ, ਇੰਜ ਕਰਕੇ ਜ਼ਮੀਨ 'ਤੇ ਲੇਟੀਆਂ ਮਾਰਦੇ ਫਿਰਦੇ ਹੁੰਦੇ ਨਹੀਂ, ਜ਼ਮੀਨਾਂ 'ਤੇ ਲੇਟੀਆਂ ਮਾਰਦੇ ਨਹੀਂ, ਅਤੇ ਲੋਕਾਂ ਕੋਲੋਂ ਸਵਾਲ ਕਰਦੇ ਲੋਕੋ ਕੁਛ ਦੇ ਦਿਓ ਮੈਂ ਆਪਣੇ ਘਰ ਦਾ ਚੁੱਲ੍ਹਾ ਚਲਾ ਲਵਾਂ, ਕੁਛ ਦੇ ਦਿਓ ਮੈਂ ਆਪਣੀਆਂ ਧੀਆਂ ਦੇ ਕੱਪੜੇ ਲੈ ਲਵਾਂ, ਕੁਛ ਮੇਰੀ ਮਦਦ ਕਰ ਦਿਓ ਮੈਂ ਆਪਣੇ ਬੱਚਿਆਂ ਵਾਸਤੇ ਰਿਜ਼ਕ ਲੈ ਕਰਕੇ ਚਲਾ ਜਾਵਾਂ। ਅੱਲਾ ਦਾ ਸ਼ੁਕਰ ਕਰਿਆ ਕਰ, ਇਹ ਨਹੀਂ ਇੱਕ ਵੇਲੇ ਰੱਬ ਨੇ ਤੇਰੀਆਂ ਰੋਜ਼ੀਆਂ ਅੰਦਰ ਕਮੀਆਂ ਪਾ ਦਿੱਤੀਆਂ, ਇੱਕ ਵੇਲੇ ਤੇਰੀ ਕਾਰੋਬਾਰ ਅੰਦਰ ਰੱਬ ਨੇ ਵਕਤ ਬਦਲ ਛੜਿਆ ਹੈ। ਤਿਲ ਕੱਲਈ ਆਮ ਨੂੰ ਦਾਵਿਲੂਆ ਬਈ ਨੰਨਾਲ, ਅੱਲਾ ਦਾ ਸ਼ਿਕਵਾ ਨਾ ਕਰਿਆ ਕਰ, ਅੱਲਾ ਦੀਆਂ ਮਾਦ ਅੱਲਾ ਕੇ ਸ਼ਿਕਾਇਤ ਨਾ ਕਰਿਆ ਕਰ। ਕਈਆਂ ਬੰਦਿਆਂ ਨੂੰ ਵੇਖਦੇ ਹਾਂ ਉਹ ਵਿਚਾਰੇ ਲੋਕਾਂ ਦੇ ਅੱਗੇ ਅੱਧ ਪਹਿਲਾ ਤੇ ਮਜਬੂਰ ਹੋ ਜਾਂਦੇ ਨੇ, ਉਹ ਮਜਬੂਰਿਆਂ ਦੀਆਂ ਫਰਜ਼ ਫਰਿਆਦ ਰਸੀਆਂ ਪੂਰੀਆਂ ਕਰਿਆ ਕਰੋ, ਮਾੜਿਆਂ ਬੰਦਿਆਂ ਦੀਆਂ ਗੱਲਾਂ ਪੂਰੀਆਂ ਕਰਿਆ ਕਰੋ, ਕਿਉਂਕਿ ਮਾੜੇ ਨੇ ਇੱਕ ਵਕਤ ਆਏਗਾ ਇੱਕ ਟਾਈਮ ਆਏਗਾ। ਅੱਜ ਤੁਸੀਂ ਮਾੜਿਆਂ ਬੰਦਿਆਂ ਦੇ ਹੱਥ ਰੱਖੋਗੇ ਇੱਕ ਟਾਈਮ ਆਏਗਾ, ਮੇਰਾ ਮਾਲਕ ਵੀ ਤੁਹਾਡੇ ਨਾਲ ਹਮਦਰਦੀਆਂ ਕਰੇਗਾ, ਮੇਰਾ ਮਾਲਕ ਵੀ ਤੁਹਾਡੀਆਂ ਗਿਫਾਤਾਂ ਕਰੇਗਾ। ਆਓ ਜ਼ਰਾ ਤਵੱਜੋ ਕਰੀਏ ਮੇਰੇ ਮੋਹਤਰਮ ਭਾਈਓ, ਮੈਂ ਤੁਹਾਡੇ ਸਾਹਮਣੇ ਗਬਨੀ ਇਸਰਾਇਲ ਦਾ ਵਾਕਿਆ ਰੱਖਣਾ ਵਾ, ਸ਼ਾਇਦ ਕਿ ਤੁਹਾਡੇ ਦਿਲ ਪਿਘਲ ਜਾਣ, ਸ਼ਾਇਦ ਕਿ ਤੁਹਾਡੇ ਦਿਲ ਨਰਮ ਹੋ ਜਾਣ, ਹੋ ਸਕਦਾ ਹੈ ਤੁਹਾਡੇ ਦਿਲਾਂ ਦੇ ਅੰਦਰ ਨਰਮੀਆਂ ਆ ਜਾਣ। ਮੇਰੀ ਇਸਰੇ ਬੁਖਾਰੀ ਸ਼ਰੀਫ ਦੇ ਅੰਦਰ ਵਾਕਿਆ ਮੌਜੂਦ ਹੈ, ਬਨੀ ਇਸਰਾਇਲ ਦੇ ਤਿੰਨ ਬੰਦੇ ਨੇ, ਇੱਕ ਗੰਜਾ ਹੈ, ਇੱਕ ਨਬੀਨਾ ਹੈ, ਇੱਕ ਕੋੜੀ ਵਾਲਾ ਹੈ। ਇੰਝ ਕਰਕੇ ਇਹਨਾਂ 'ਤੇ ਲੋਕ ਨਫ਼ਰਤਾਂ ਕਰਦੇ ਨੇ। ਮੇਰੇ ਮੋਹਤਰਮ ਭਾਈਓ, ਕਦੀ ਕਦੀ ਅੱਲਾ ਪਾਕ ਲੈ ਕਰਕੇ ਵੀ ਅਜ਼ਮਾਉਂਦਾ ਹੈ, ਕਦੀ ਅੱਲਾ ਪਾਕ ਦੇ ਕਰਕੇ ਵੀ ਅਜ਼ਮਾਉਂਦਾ ਹੈ। ਤੇ ਗਰੂਰ ਕਰਨਾ, ਕਈਆਂ ਬੰਦਿਆਂ ਨੂੰ
ਜੇ ਰੱਬ ਨਾ ਚੰਗਾ ਦੇ ਦੇਵੇ ਨਾ, ਜਿਹਦੇ ਨਾ ਜਿਹਦੇ ਦੇ ਘਰ ਅੰਦਰ ਦਾਣੇ ਨੇ ਉਹਨਾਂ ਦੇ ਕੰਬਲੇ ਵੀ ਸਿਆਣੇ ਹੋ ਜਾਂਦੇ ਨੇ। ਜੇ ਬੰਦਾ ਅਕਸਰ ਮੈਂ ਕਹਾ ਕਰਨਾ, ਜੇ ਬੰਦਾ ਪਹਿਲੇ ਮਾੜਾ ਹੋਵੇ ਨਾ, ਉਹ ਗਰੀਬ ਹੋਵੇ, ਇੱਕ ਡੰਗ ਦੀ ਰੋਟੀ ਲੱਭੇ ਅਤੇ ਦੂਜੇ ਡੰਗ ਦੀ ਰੋਟੀ ਨਾ ਲੱਭੇ, ਜੇ ਰੱਬ ਚੰਗੇ ਮਾਮਲਾਤ ਬਣਾ ਦੇਵੇ, ਬੰਦਾ ਆਪਣੀ ਔਕਾਤੋਂ ਹੀ ਬਾਹਰ ਨਿਕਲ ਜਾਂਦਾ। ਆਪਣੀ ਔਕਾਤ ਨਹੀਂ ਬੰਦੇ ਨੂੰ ਭੁੱਲਣੀ ਚਾਹੀਦੀ। ਚੰਗਾ ਵੇਲਾ ਹੋਵੇ, ਮੰਦਾ ਵੇਲਾ ਹੋਵੇ, ਹਮੇਸ਼ਾ ਇਨਸਾਨ ਨੂੰ ਆਪਣਾ ਮਾਜ਼ੀ ਯਾਦ ਰੱਖਣਾ ਚਾਹੀਦਾ। ਸਾਡੇ 'ਤੇ ਵੀ ਇੱਕ ਦਾ ਇੰਝ ਵਕਤ ਆਇਆ ਸੀ, ਅਸੀਂ ਵੀ ਭੁੱਖੇ ਰਹਿਆ ਸੀ। ਅੱਜ ਇਹ ਮੇਰਾ ਭਰਾ ਮੇਰੇ ਦਰਵਾਜ਼ੇ 'ਤੇ ਭੁੱਖਾ ਆ ਗਿਆ ਹੈ, ਮੇਰਾ ਹੱਕ ਬਣਦਾ ਮੈਂ ਆਪਣੇ ਭਰਾ ਨੂੰ ਰੋਟੀ ਖਲਾ ਕਰਕੇ ਭੇਜਾਂ। ਹਦਰਾ ਤੇ ਦੀਵਾਕਾਰ ਤਵੱਜੋ ਕਰਨਾ ਤੇ ਅੱਲਾ ਪਾਕ ਨੇ ਫਰਿਸ਼ਤੇ ਨੂੰ ਭੇਜਿਆ, ਜਾ ਮੇਰੇ ਆ ਫਰਿਸ਼ਤੇ ਆ ਗਏ ਇਸ ਪਹਿਲੇ ਘੋੜੀ ਵਾਲੇ ਬੰਦੇ ਦੇ ਕੋਲ ਜਾਗ। ਘੋੜੀ ਵਾਲੇ ਬੰਦੇ ਦੇ ਕੋਲ ਫਰਿਸ਼ਤਾ ਆਉਂਦਾ ਹੈ, ਆ ਕਰਕੇ ਪੁੱਛਦਾ ਦਸ ਫਰੀ ਬੰਦੇ ਆ ਘੋੜੀ ਵਾਲਿਆ ਤੈਨੂੰ ਕੀ ਚੀਜ਼ ਪਸੰਦ ਹੈ। ਆਖਦਾ ਗੱਲ ਆ ਮੇਰੇ ਕੋਲੋਂ ਬਦਬੂ ਇੰਨੀ ਆਉਂਦੀ ਹੈ ਜਿੱਥੇ ਜਾਣਾ ਲੋਕ ਉੱਠ ਕੇ ਚਲੇ ਜਾਂਦੇ ਨੇ। ਜਿਸ ਬਾਜ਼ਾਰ ਅੰਦਰ ਦਾਖਲ ਹੋ ਨਵਾਗ ਲੋਕੀ ਬਾਜ਼ਾਰ ਛੱਡ ਕੇ ਤੇ ਟੁਰ ਜਾਂਦੇ ਨੇ। ਮੈਂ ਜਾਣਾ ਵਾ ਮੇਰੀ ਸ਼ਕਲ ਸੋਹਣੀ ਹੋ ਜਾਵੇ, ਮੇਰਾ ਚਿਹਰਾ ਸੋਹਣਾ ਹੋ ਜਾਵੇ, ਦੁਨੀਆ ਮੇਰੇ ਕਰੀਬ ਆਵੇ, ਲੋਕੀ ਮੇਰੇ ਕਰੀਬ ਆ ਜਾਣ। ਹਜ਼ਰਤ ਇੰਝ ਕਰਕੇ ਫਰਿਸ਼ਤਾ ਕੀ ਕਰਦਾ ਹੈ, ਸਿਰ 'ਤੇ ਹੱਥ ਫੇਰ ਪੈਰਾਂ ਤੱਕ ਹੱਥ ਫੇਰਦਾ ਜਾ ਰਿਹਾ ਹੈ, ਕੋੜ ਖਤਮ ਹੁੰਦਾ ਜਾ ਰਿਹਾ ਹੈ, ਸੋਹਣਾ ਬਣ ਗਿਆ ਹੈ, ਚਿਹਰੇ ਤੇ ਰੁਖਾਰਾਂ ਆ ਗਈਆਂ ਨੇ, ਚਿਹਰੇ ਤੇ ਰੌਣਕਾਂ ਆ ਗਈਆਂ ਨੇ, ਲਾਲੀਆਂ ਲਾਲ ਹੋ ਗਈਆਂ ਨੇ। ਹੁਣ ਜਾਂਦਿਆਂ ਜਾਂਦਿਆਂ 10 ਸਾਲਾਂ ਉਠਣੀ ਦੇ ਕਰਕੇ ਜਾ ਰਿਹਾ ਹੈ, ਫਰਿਸ਼ਤਾ ਦੇ ਕਰਕੇ ਜਾਂਦਾ ਹੈ। ਹੁਣ ਘੋੜੀ ਵਾਲਾ ਅੱਜ ਦਿਨ ਖੋਰ ਨੇ, ਕੱਲ ਦਿਨ ਖੋਰ ਨੇ, ਅੱਜ ਤੋਂ ਦਿਨ ਵਧਦੇ ਜਾ ਰਹੇ ਨੇ, ਅਮੀਰ ਤਰ ਅਮੀਰ ਖੁੰਦਾ ਜਾ ਰਿਹਾ ਹੈ। ਹੁਣ ਫਰਿਸ਼ਤਾ ਆ ਗਿਆ ਹੈ ਗੰਜੇ ਦੇ ਕੋਲੇ, ਆਖਦਾ ਹਾਂ ਗੰਜਿਆ ਦੱਸ ਤੂੰ ਕੀ ਜਾਣਾ ਹੈ। ਆਂਦਾ ਮੇਰੇ ਸਿਰ ਤੇ ਵਾਲ ਕੋਈ ਨਹੀਂ, ਦੁਨੀਆ ਮੇਰੇ ਤੋਂ ਨਫ਼ਰਤ ਕਰਦੀ ਏ, ਲੋਕੀ ਮੈਨੂੰ ਗਲਤ ਨਗਾਹਾਂ ਦੇ ਨਾਲ ਵੇਖਦੇ ਨੇ, ਨਫ਼ਰਤ ਦੀ ਨਗਾਹ ਨਾਲ ਦੁਨੀਆ ਮੈਨੂੰ ਵੇਖਦੀ ਪਈ ਏ। ਮੈਂ ਚਾਹਨਾ ਵਾਂ ਦੁਨੀਆ ਮੇਰੇ ਸਿਰ ਤੇ ਵਾਲ ਆ ਜਾਣ, ਲੋਕੀ ਮੇਰੇ ਕਰੀਬ ਹੋ ਜਾਣ, ਲੋਕੀ ਮੇਰੇ ਨਾਲ ਮੁਹੱਬਤ ਕਰਨ ਵਾਲੇ ਬਣ ਜਾਣ, ਦੁਨੀਆ ਮੇਰੇ ਦੋਸਤ ਬਣ ਜਾਏ। ਮੈਂ ਚਾਹਨਾ ਵਾਂ ਮੇਰੇ ਕੋਲੋਂ ਪੈਸਾ ਹੋਵੇ, ਮੇਰੇ ਕੋਲੋਂ ਦੌਲਤਾਂ ਖਾਣੇ। ਜਾਂਦਿਆਂ ਜਾਂਦਿਆਂ ਵਾਰੀ ਇੱਕ ਹਮਲਾ ਹਮਲਾ ਗਾਇਂ ਤੇ ਕਰਕੇ ਚਲਾ ਗਿਆ ਫਰਿਸ਼ਤਾ। ਦਿਨ ਵਧਦੇ ਗਏ, ਵਕਤ ਬਦਲਦਾ ਗਿਆ, ਟਾਈਮ ਬਦਲਦਾ ਗਿਆ, ਅੱਜ ਦਿਨ ਗੌਰ ਨੇ ਕੱਲ ਦਿਨ ਗੰਜੇ ਦੇ ਗੌਰ ਆ ਗਏ ਨੇ, ਪੈਸਾ ਪੈਸਾ ਆ ਗਿਆ ਹੈ। ਹੁਣ ਆ ਗਿਆ ਤੀਸਰੇ ਬੰਦੇ ਦੇ ਕੋਲੋਂ ਫਰਿਸ਼ਤਾ, ਨਬੀਨੇ ਖਲੁਆਉਂਦਾ ਹੈ, ਨਬੀਨੇ ਦੇ ਅੱਗੇ ਗੱਲਾਂ ਕਰਦਾ ਹੈ, ਦੱਸ ਨਬੀਨੇ ਕੀ ਚਾਹਨਾ ਹੈ। ਰੋ ਕਰਕੇ ਨਬੀਨਾ ਹੱਕਦਾ ਹੈ, ਮੈਂ ਚਾਹਨਾ ਵਾਂ ਮੈਨੂੰ ਅੱਲਾ ਬਿਨਾ ਹੀ ਵਾਪਸ ਦੇ ਦੇ। ਮਾਂ ਦਾ ਨਾਮ ਸੁਣਿਆ ਏ ਪਰ ਮਾਂ ਦਾ ਦੀਦਾਰ ਨਹੀਂ ਕਰ ਸਕਿਆ, ਫੁੱਲ ਦਾ ਗੁਲਾਬ ਦੇ ਫੁੱਲ ਦਾ ਨਾਮ ਸੁਣਿਆ ਏ ਪਰ ਗੁਲਾਬ ਦਾ ਫੁੱਲ ਨਹੀਂ ਵੇਖ ਸਕਿਆ। ਅਦਰਜ ਹੀ ਅੰਦਾਜ਼ਾ ਲਾਣਾ ਹੋਵੇ ਕਦੀ ਨਬੀਨੇ ਦੇ ਕੋਲ ਜਾ ਕਰਕੇ ਬੈਠਿਆ ਕਰ, ਪੁੱਛਣਾ ਇਹਨਾਂ ਅੱਖਾਂ ਦੀ ਕਦਰ ਕੀ ਏ, ਪੁੱਛਣਾ ਇਹਨਾਂ ਬਿਨਾਈਆਂ ਦੀਆਂ ਕਦਰਾਂ ਕੀ ਹੋਇਆ ਕਰਦੀਆਂ। ਇੰਝ ਕਰਕੇ ਫਰਿਸ਼ਤਾ ਆਖਦਾ ਏ ਦੱਸ ਤੂੰ ਚਾਹਨਾ ਕੀ ਏ, ਮੈਂ ਚਾਹਨਾ ਮੇਰੀਆਂ ਅੱਖਾਂ ਵਾਪਸ ਆ ਜਾਣ। ਇੰਝ ਕਰਕੇ ਫਰਿਸ਼ਤੇ ਨੇ ਹੱਥ ਪੇਰਿਆ ਏ, ਅੱਖਾਂ ਵਾਪਸ ਆ ਗਈਆਂ। ਹੁਣ ਇੱਕ ਹਮਲਾ ਬੱਕਰੀ ਤੇ ਕਰਕੇ ਚਲਾ ਗਿਆ ਏ, ਫਕਤ ਬਦਲਦਾ ਗਿਆ ਏ, ਟਾਈਮ ਬਦਲਦਾ ਗਿਆ ਏ, ਅੱਲਾ ਨੇ ਬੜੀਆਂ ਦੌਲਤਾਂ ਵਾਲਾ ਕਰ ਛੱਡਿਆ ਏ। ਮੇਰੇ ਮੋਹਤਰਮ ਭਾਈਓ
ਵਕਤ ਲੰਘ ਗਿਆ, ਟਾਈਮ ਗੁਜ਼ਰ ਗਿਆ, ਅੱਲਾ ਤਾਲਾ ਫਰਮਾਉਂਦੇ ਨੇ ਮੇਰੇ ਫਰਿਸ਼ਤਿਆ ਜਾ ਕਰਕੇ ਮੇਰੇ ਬੰਦਿਆਂ ਦਾ ਅੱਜ ਇਮਤਿਹਾਨ ਲੈ ਕਰਕੇ ਆ, ਪਤਾ ਕਰਕੇ ਆ ਇਹ ਬੰਦੇ ਕਾਮਯਾਬ ਵੀ ਹੁੰਦੇ ਨੇ ਜਾਂ ਨਾਕਾਮ ਹੁੰਦੇ ਨੇ। ਇੱਥੇ ਕਈਆਂ ਬੰਦਿਆਂ ਨੂੰ ਵੇਖਿਆ ਹੈ ਜੇ 4 ਰੁਪਈਏ ਆ ਜਾਣ ਆਪਣੀ ਉਕਾ ਤੋਂ ਵੀ ਬਾਹਰ ਨਿਕਲ ਜਾਂਦੇ ਨੇ, 4 ਰੁਪਈਏ ਆ ਜਾਣ ਚੰਗਾ ਸੂਟ ਪਾਉਣ ਵਾਲੇ ਬਣ ਜਾਣ, ਚੰਗਾ ਜੋੜਾ ਪਾਉਣ ਵਾਲੇ ਬਣ ਜਾਣ, ਉਹ ਚੰਗੇ ਸ਼ੂਦ ਪਾਉਣ ਵਾਲਾ ਬੰਦਾ ਬਣ ਜਾਵੇ, ਸਟੇਟਸ ਚੰਗਾ ਬਣ ਜਾਵੇ, ਉਹ ਲੋਕੋ ਦੌਲਤਾਂ ਵਾਲਾ ਬੰਦਾ ਬਣ ਜਾਵੇ, ਆਪਣੀ ਉਕਾ ਤੋਂ ਬਾਹਰ ਨਿਕਲ ਜਾਂਦਾ ਹੈ। ਨਹੀਂ ਨਹੀਂ ਮੇਰੇ ਮੋਹਤਰਮ ਭਾਈਓ, ਆਪਣਾ ਮਾਜ਼ੀ ਯਾਦ ਰੱਖਣਾ ਹੈ, ਅੱਜ ਦਾ ਮੇਰਾ ਪੈਗਾਮ ਹੈ ਯਾਰ ਆਪਣਾ ਮਾਜ਼ੀ ਯਾਦ ਰੱਖਣਾ ਹੈ। ਇੱਕ ਵੇਲਾ ਹੋਇਆ ਕਰਦਾ ਸੀ ਮੈਂ ਵੀ ਲੋਕਾਂ ਦੇ ਅੱਗੇ ਇੰਜ ਕਰਕੇ ਆ ਦੁੱਪ ਲਾਇਆ ਕਰਦਾ ਸੀ, ਇੱਕ ਵੇਲਾ ਹੋਇਆ ਕਰਦਾ ਸੀ ਮੈਂ ਵੀ ਰੋਡ ਤੇ ਖਲੋ ਕੇ ਅਖਬਾਰਾਂ ਵੇਚਿਆ ਕਰਦਾ ਸਾਂ, ਇੱਕ ਟਾਈਮ ਹੋਇਆ ਕਰਦਾ ਸੀ ਮੈਂ ਵੀ ਲੋਕਾਂ ਨੂੰ ਕਿਹਾ ਕਰਦਾ ਸਾਂ ਆਏ ਮੁਸਵਾਕ ਲੈ ਲਵੋ ਮੈਨੂੰ ਪੈਸੇ ਦੇ ਦਿਓ, ਆਏ ਪੈਨਸਲਾਂ ਲੈ ਲਵੋ, ਆਏ ਚੀਜ਼ਾਂ ਖਰੀਦ ਲਵੋ, ਆਏ ਚੀਜ਼ਾਂ ਲੈ ਲਵੋ, ਮੈਂ ਆਪਣੇ ਬੱਚਿਆਂ ਦਾ ਪੇਟ ਪਾਲ ਸਕਾਂ। ਮੇਰੇ ਮਾਤਰਾ ਬਾਈਓ, ਜਿਸ ਬੰਦੇ ਨੇ ਆਪਣਾ ਮਾਜ਼ੀ ਨਹੀਂ ਬੁਲਾਇਆ ਅੱਲਾ ਦੁਨੀਆ ਅੰਦਰ ਵੀ ਕਾਮਯਾਬ ਕਰ ਦਿੰਦਾ ਹੈ। ਆਸਮਾਨ ਦਾ ਮਾਲਕ ਕਿਆਮਤ ਵਾਲੇ ਦਿਨ ਅੱਲਾ ਪਾਕ ਜੰਨਤ ਦਾ ਮਹਿਲ ਵੀ ਅਤਾ ਕਰ ਛੱਡੇਗਾ। ਤੇ ਇੰਜ ਕਰਕੇ ਫਰਿਸ਼ਤਿਆਂ ਦਾ ਪਹਿਲੇ ਆਇਆ ਘੋੜੀ ਵਾਲੇ ਦੇ ਕੋਲੇ, ਇੰਜ ਕਰਕੇ ਫਰਿਸ਼ਤੇ ਨੇ ਆਪਣੀ ਸ਼ਕਲ ਘੋੜੀ ਵਾਲੀ ਬਣਾਈ। ਚੱਲਦਿਆਂ ਚੱਲਦਿਆਂ ਆ ਕਰਕੇ ਦਰਵਾਜ਼ਾ ਖੜਕਾਉਂਦਾ ਘੋੜੀ ਬੰਦੇ ਦਾ, ਆ ਕੇ ਆਖਦਾ ਹੈ ਕੱਲ੍ਹ ਸੁਣਨਾ ਚੌਧਰੀ ਆ, ਕੱਲ੍ਹ ਸੁਣਨਾ ਸਰਦਾਰ ਆ, ਸ਼ਕਲ ਵੇਖਦਾ ਪਿਆ ਮੈਂ ਮਾੜਾ ਜਿਹਾ ਬੰਦਾ ਵਾ, ਮੈਂ ਸਫ਼ਰ 'ਤੇ ਜਾਣਾ ਹੈ, ਮੇਰੇ ਕੋਲੋਂ ਜ਼ਿਆਦੇ ਰਾਹ ਖਤਮ ਹੋ ਗਿਆ ਹੈ, ਕੁਝ ਪੈਸੇ ਦੇ ਦੇ, ਕੁਝ ਦੌਲਤ ਦੇ ਦੇ, ਕੋਈ ਉਂਟੜੀ ਦਾ ਬੱਚਾ ਦੇ ਦੇ, ਮੈਂ ਆਪਣਾ ਸਾਦੇ ਰਾਹ ਮੁਕੰਮਲ ਕਰ ਲਵਾਂ। ਇਹ ਆਖਦਾ ਚੱਲ ਜਾ ਕੋਈ ਮੇਰੇ ਕੋਲ ਉਂਟਣੀਆਂ ਕੋਈ ਨਹੀਂ, ਨਿਕਲ ਜਾ ਮੇਰੇ ਕੋਲ ਕੁਝ ਨਹੀਂ। ਤੇ ਇਹ ਆਖਦਾ ਫਰਿਸ਼ਤਾ ਵੇਲਾ ਯਾਦ ਕਰ, ਇੱਕ ਵਕਤ ਹੁੰਦਾ ਸੀ ਤੂੰ ਵੀ ਕੋੜੀ ਵਾਲਾ ਹੋਇਆ ਕਰਦਾ ਸੀ, ਅੱਜ ਜਿਹੜੀ ਮੇਰੀ ਸ਼ਕਲ ਬਣੀ ਹੈ ਇੱਕ ਵਕਤ ਹੋਇਆ ਕਰਦਾ ਸੀ ਤੂੰ ਵੀ ਇਸ ਹਾਲਤ ਅੰਦਰ ਹੋਇਆ। ਨਹੀਂ 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 ਮੈਂ ਤਾਂ ਜੱਦੀ ਪੁਸ਼ਤੀ ਇੰਜਦਾ ਵਾਂ, ਮੇਰੇ ਦਾਦਾ ਇੰਜਦਾ, ਮੇਰਾ ਪੜਦਾਦਾ ਗਿੰਜਦਾ, ਉਹ ਮੇਰੀਆਂ ਲੜੀਆਂ ਗਿੰਜਦੀਆਂ ਹੋਇਆ ਕਰਦੀਆਂ ਸਨ। ਅੱਛਾ ਹਾਂ 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 ਤੂੰ ਝੂਠ ਬੋਲਦਾ ਪਿਆ, ਨਹੀਂ ਨਹੀਂ ਮੈਂ ਕਦਾ ਝੂਠ ਬੋਲਣਾ ਹੈ, ਇਹ ਸਾਰਾ ਵੇਖਦਾ ਪਿਆ ਮਾਲ ਹੈ, ਇਹ ਉਠਣੀਆਂ ਹੀ ਉਠਣੀਆਂ ਨੇ, ਇਹ ਮਹਿਲ ਵੇਖਦਾ ਪਿਆ ਹੈ, ਇਹ ਫੈਕਟਰੀਆਂ ਵੇਖਦਾ ਪਿਆ ਹੈ, ਇਹ ਦੁਕਾਨਾਂ ਵੇਖਦਾ ਪਿਆ ਹੈ, ਇਹ ਸਾਰੀਆਂ ਮੇਰੇ ਬਾਪ ਦੀਆਂ ਹੋਇਆ ਕਰਦੀਆਂ, ਮੇਰੇ ਦਾਦੇ ਦੀਆਂ ਹੋਇਆ ਕਰਦੀਆਂ, ਮੇਰੇ ਪੜਦਾਦੇ ਦੀਆਂ ਹੋਇਆ ਕਰਦੀਆਂ। ਅਤੇ ਆਖਦਾ ਅੱਛਾ ਇੰਜ ਗੱਲ ਹੈ, ਫਰਿਸ਼ਤਾ ਕੀ ਕਰਦਾ ਹੈ ਅੱਲਾ ਵੱਲੋਂ, ਅੱਲਾ ਜਿੰਜ ਦਾ ਪਹਿਲੇ ਗਏ ਸੀ ਅੱਲਾ ਝੂਠ ਬੋਲਦਾ ਹੈ ਇਹਨੂੰ ਉਂਝਦਾ ਹੀ ਕਰ ਦੇ। ਅੱਲਾ ਨੇ ਗੁਠਣੀਆਂ ਵਾਪਸ ਲੈ ਲਈਆਂ, ਅੱਲਾ ਨੇ ਦੁਕਾਨਾਂ ਵਾਪਸ ਲੈ ਲਈਆਂ, ਅੱਲਾ ਨੇ ਬੈਂਕ ਬੈਲੈਂਸ ਵਾਪਸ ਲੈ ਲਿਆ ਹੈ। ਫੈਸਲਾ ਬਾਦੀਆ ਉਹ ਬੰਦਾ ਆਪਣਾ ਮਾਜ਼ੀ ਭੁੱਲ ਜਾਵੇ ਰੱਬ ਤਬਾਹ ਕਰ ਦਿੰਦੇ, ਆਪਣੀ ਔਕਾਤ ਭੁੱਲੇਗਾ ਅੱਲਾ ਤੈਨੂੰ ਤਖਤ ਫਰਸ਼ ਤੇ ਸੁੱਟ ਦੇਵੇਗਾ। ਹੁਣ ਜ਼ਰਾ ਤਵੱਜੋ ਕਰੀਏ,
ਇਹ ਫਰਿਸ਼ਤਾ ਖੂਨ ਆਉਂਦਾ ਗੰਜੇ ਦੇ ਕੋਲੇ, ਆ ਕਰਕੇ ਹੁਣ ਫਰਿਸ਼ਤਾ ਆਪਣੀ ਸ਼ਕਲ ਗੰਜੇ ਵਾਲੀ ਬਣਾਉਂਦਾ ਹੈ, ਆ ਗਿਆ ਆ ਕਰਕੇ ਦਰਵਾਜ਼ਾ ਖੜਕਾਉਂਦਾ ਹੈ, ਚੌਧਰੀਆ ਸਰਦਾਰਾ ਵੇਖ ਨਾ ਮੇਰੀ ਸ਼ਕਲ ਤਾਂ ਵੇਖ ਲੈ, ਮੇਰਾ ਸਫ਼ਰ ਬੜਾ ਲੰਬਾ ਹੈ, ਮੈਂ ਸਫ਼ਰ ਕਰਕੇ ਜਾਣਾ ਹੈ, ਕੁਛ ਮੈਨੂੰ ਦੇ ਦੇ, ਕੁਛ ਦੁਲਤਾ ਮੈਨੂੰ ਦੇ ਦੇ, ਇਹ ਫੈਲ ਮੈਨੂੰ ਦੇ ਦੇ, ਇਹਦੇ ਬਹਿ ਕੇ ਮੈਂ ਆਪਣਾ ਸਫ਼ਰ ਕਰ ਲਵਾਂਗਾ, ਚੱਲ ਚੱਲ ਨਿਕਲ ਜਾ, ਕੋਈ ਕੋਈ ਸ਼ੈ ਨਹੀਂ, ਮੈਂ ਤੈਨੂੰ ਨਹੀਂ ਜਾਣਦਾ। ਉਹ ਯਾਰ ਵੇਲਾ ਯਾਦ ਕਰ ਲੈ, ਇੱਕ ਵੇਲਾ ਗੋਇਆ ਕਰਦਾ ਸੀ, ਤੂੰ ਵੀ ਇੰਜ ਦਾ ਗੰਜਾ ਗੋਇਆ ਕਰਦਾ ਤੇ ਤੂੰ ਵੀ ਸਵਾਲ ਕਰਦਾ। ਨਹੀਂ ਨਹੀਂ ਨਹੀਂ, ਮੈਂ ਤਾਂ ਜੱਦੀ ਪੁਸ਼ਤੀ ਇੰਜ ਦਾ ਵਾਂਗ। ਉਹ ਕਹਿੰਦੇ ਨੇ ਜਿਸ ਕੰਮ ਜਿਹਦੇ ਘਰ ਅੰਦਰ ਦਾਣੇ ਨੇ, ਉਹਨਾਂ ਦੇ ਕਮਲੇ ਵੀ ਸਿਆਲੇ ਨੇ। ਹੁਣ ਇਹ ਸਿਆਣਾ ਬਣਿਆ ਕਲਾਏ, ਆਪਣੇ ਆਪ ਨੂੰ ਬੜਾ ਚਲਾਕ ਬਣਾਉਂਦਾ ਪਿਆ ਏ, ਆਪਣੇ ਆਪ ਨੂੰ ਬੜਾ ਹੁਸ਼ਿਆਰ ਬਣਾਉਂਦਾ ਪਿਆ ਏ। ਮੈਂ ਤਾਂ ਜੱਦੀ ਪੁਸ਼ਤੀ ਗਿੰਜਦਾ ਵਾਂਗ, ਮੇਰੇ ਕੋਲੋਂ ਦੁਲਤਾ ਸਦਾ ਪਗਾਰ ਦੀਆਂ ਨੇ। ਅੱਛਾ ਗੱਲ ਆ, ਅੱਲਾ ਸੋਹਣਿਆ, ਜੇ ਬੰਦਾ ਝੂਠ ਬੋਲਦਾ ਪਿਆ ਉਹ ਸਾਰਾ ਕੁਝ ਵਾਪਸ ਲੈ ਲਾ। ਅੱਲਾ ਨੇ ਸਾਰੀਆਂ ਗਾਈਆਂ ਵਾਪਸ ਲੈ ਲਈਆਂ, ਅੱਲਾ ਨੇ ਸਾਰਾ ਬੈਂਕ ਬੈਲੈਂਸ ਵਾਪਸ ਲੈ ਲਿਆ, ਅੱਲਾ ਪਾਕ ਨੇ ਉਂਝ ਗੰਜਾ ਬਣਾ ਛੱਡਿਆ ਹੈ। ਇਹ ਦੁਬਾਰਾ ਹੁਣ ਰੋਡਾਂ 'ਤੇ ਆ ਕੇ ਬਹਿ ਗਏ ਨੇ। ਤੀਸਰਾ ਬੰਦਾ ਨਫੀਨਾ ਹੈ, ਇਹਨੇ ਆਪਣੀ ਸ਼ਕਲ ਨਫੀਨੇ ਵਾਲੀ ਬਣਾਈ ਹੈ, ਆ ਗਿਆ ਹੈ ਹੱਥ ਅੰਦਰ, ਫਰਿਸ਼ਤੇ ਨੇ ਸੋਟੀ ਫੜੀ, ਉਹ ਜਿਵੇਂ ਨਫੀਨਿਆਂ ਫੜੀ ਹੁੰਦੀ ਹੈ ਇੰਜ ਕਰਕੇ ਸੋਟੀ ਫੜੀ ਹੈ। ਆਉਂਦੇ ਆਉਂਦਿਆਂ ਖੜਕਾਉਂਦਾ ਹੈ, ਆ ਕਰਕੇ ਆਖਦਾ ਹੈ, ਅੱਲਾ ਵਾਲਿਆ ਮੇਰੀ ਸ਼ਕਲ ਵੇਖਦਾ ਪਿਆ ਹੈ, ਮੈਂ ਨਬੀਨਾ ਵਾ, ਮੈਨੂੰ ਕੁਝ ਨਜ਼ਰ ਨਹੀਂ ਆਉਂਦਾ, ਮੈਨੂੰ ਕੁਝ ਦੇ ਦੇ, ਮੇਰਾ ਸਫ਼ਰ ਬੜਾ ਲੰਬੇਰਾ ਹੈ, ਮੈਂ ਆਪਣਾ ਸਫ਼ਰ ਤੈਅ ਕਰਨਾ ਹੈ, ਮੈਂ ਆਪਣਾ ਜ਼ਾਤ ਕੁਛ ਜ਼ਾਤ ਰਾਹ ਦੇ ਦੇ, ਮੈਂ ਆਪਣਾ ਸਫ਼ਰ ਤੈਅ ਕਰਨਾ ਹੈ। ਇੰਜ ਕਰਕੇ ਰੋ ਪੈਂਦਾ ਹੈ ਅਤੇ ਉਹਨੂੰ ਆਪਣਾ ਮਾਜ਼ੀ ਯਾਦ ਨਬੀਨੇ ਨੂੰ ਆ ਜਾਂਦਾ ਹੈ, ਆਏ ਹਾਏ ਇੱਕ ਵਕਤ ਹੁੰਦਾ ਸੀ ਮੈਂ ਵੀ ਇੰਜ ਦਾ ਗੋਇਆ ਕਰਦਾ, ਆਏ ਹਾਏ ਇੱਕ ਵੇਲਾ ਆਇਆ ਕਰਦਾ ਸੀ ਮੈਂ ਲੋਕਾਂ ਅੱਗੇ ਹੱਥ ਪਿਲਾਇਆ ਕਰਦਾ ਸਾਂ, ਇੱਕ ਟਾਈਮ ਹੋਇਆ ਕਰਦਾ ਮੈਂ ਇੰਜ ਕਰਕੇ ਰੋਡਾਂ 'ਤੇ ਖਲੋ ਕਰਕੇ ਆਵਾਜ਼ਾਂ ਲਗਾਉਂਦਾ, ਉਹ ਹਾਫੇ ਜੀ, ਉਹ ਚੌਧਰੀ ਜੀ, ਉਹ ਸਰਦਾਰ ਜੀ, ਮੈਨੂੰ ਰੋਡ ਕਰਾਸ ਕਰਾ ਦਿਓ, ਮੈਂ ਅੱਖਾਂ ਤੋਂ ਨਫੀਨਾ ਵਾਂ, ਮੈਨੂੰ ਬਾਜ਼ਾਰ ਕਰਾਸ ਕਰਾ ਦਿਓ, ਹਾਏ ਹਾਏ ਮੈਨੂੰ ਅੱਜ ਆਪਣਾ ਮਾਜ਼ੀ ਯਾਦ ਆ ਗਿਆ, ਮੈਨੂੰ ਆਪਣਾ ਟਾਈਮ ਯਾਦ ਆ ਗਿਆ। ਹੁਣ ਅੱਲਾ ਵਾਲਾ ਰੋਂਦਾ ਹੈ, ਰੋ ਕਰਕੇ ਆਖਦਾ ਹੈ, ਦੱਸ ਨਾ ਕੀ ਚਾਹਨਾ, ਨਜ਼ਰਾਂ ਮਾਰਨਾ ਜਿੰਨੀਆਂ ਬੱਕਰੀਆਂ ਖੜੀਆਂ ਨਹੀਂ, ਜਿੰਨਾ ਦਿਲ ਚਾਹੁੰਦਾ ਹੀ ਲੈ ਕੇ ਚਲਾ ਜਾ, ਜੋ ਜੀ ਚਾਹੁੰਦਾ ਹੀ ਲੈ ਕਰਕੇ ਚਲਾ ਜਾ, ਆਏ ਮੇਰੇ ਕੋਲੋਂ ਜ਼ਾਤ ਰਾਈ, ਆਏ ਬੈਂਕ ਬੈਲੈਂਸ, ਆਏ ਮੇਰੇ ਕੋਲੋਂ ਪੈਸੇ ਰੁਪਈਏ, ਆਏ ਮੇਰੇ ਕੋਲੋਂ ਡਾਲਰ, ਆਏ ਮੇਰੇ ਕੋਲੋਂ ਚੀਜ਼ਾਂ ਨੇ, ਜੋ ਦਿਲ ਕਰਦਾ ਹੀ ਲੈ ਕਰਕੇ ਟੁਰ ਜਾ, ਆਪਣਾ ਜ਼ਾਤ ਰਾ ਮੁਕੰਮਲ ਕਰ ਲੈ। ਹੁਣ ਫਰਿਸ਼ਤਾ ਰੋ, ਫਰਿਸ਼ਤਾ ਬੋਲ ਕੇ ਆਖਦਾ ਹੈ, ਗੱਲ ਸੁਣ ਲਾ ਉਹ ਨਬੀਨੇ, ਗੱਲ ਸੁਣ ਲਾ, ਤੇਰੇ ਨਾਲ ਦੇ ਦੋ ਬੰਦੇ ਫੇਲ ਹੋ ਗਏ ਨੀ, ਤੂੰ ਕਾਮਯਾਬ ਹੋ ਗਿਆ ਹੈ। ਮੈਂ ਕੋਈ ਮੰਗਣ ਵਾਲਾ ਨਹੀਂ ਹੂੰ, ਮੈਂ ਕੋਈ ਅੱਧ ਪਿਲਾਉਣ ਵਾਲਾ ਨਹੀਂ ਹੂੰ, ਅੱਜ ਯਾਦ ਕਰ ਕੁਛ ਵਕਤ ਪਹਿਲੇ ਮੈਂ ਤੁਹਾਡੇ ਕੋਲੋਂ ਆਇਆ ਸਾਂ, ਮੈਂ ਆ ਕਰਕੇ ਤੁਹਾਡੇ ਅੱਗੇ ਸਵਾਲ ਕੀਤੇ ਸਾਂ, ਮੈਂ ਉਹੀ ਫਰਿਸ਼ਤਾ ਵਾਂ ਅੱਜ ਤੁਹਾਡਾ ਇਮਤਿਹਾਨ ਲੈਣ ਵਾਸਤੇ ਆਇਆ ਵਾਂ, ਮੈਂ ਅੱਲਾ ਨੇ ਮੈਨੂੰ ਭੇਜ
ਗਿਆ ਹੈ। ਜਾ ਮੇਰੇ ਫਰਿਸ਼ਤਿਆ ਮੇਰੇ ਬੰਦਿਆਂ ਦਾ ਇਮਤਿਹਾਨ ਲੈ ਕਰਕੇ ਆ, ਮੈਂ ਵੇਖਾਂ ਤਾਂ ਸਹੀ ਮੇਰੇ ਬੰਦੇ ਕਾਮਯਾਬ ਵੀ ਹੁੰਦੇ ਨੇ ਕਿ ਨਹੀਂ ਹੁੰਦੇ, ਵੇਖਾਂ ਨਾ ਮੈਂ ਬੰਦਿਆਂ ਨੂੰ ਕਾਮਰਾਨ ਵੀ ਹੁੰਦੇ ਨੇ ਕਿ ਨਹੀਂ ਗਾਉਂਦੇ। ਮੇਰੇ ਮੋਹਤਰਮ ਭਾਈਓ, ਅੱਜ ਵਕਤ ਅੱਜ ਟਾਈਮ ਹੈ ਅੱਲਾ ਦਾ ਫਕਤ ਦਿੱਤਾ ਹੋਇਆ, ਇਹਨੂੰ ਗਨੀਮਤ ਜਾਨੋ, ਆਪਣਾ ਮਾਜ਼ੀ ਯਾਦ ਰੱਖਿਆ ਕਰੋ। ਮਾਜ਼ੀ ਯਾਰ ਬੰਦੇ ਨੂੰ ਆਪਣਾ ਯਾਦ ਹੋਣਾ ਚਾਹੀਦਾ ਹੈ। ਇੱਕ ਵੇਲਾ ਮੇਰੇ 'ਤੇ ਵੀ ਆਇਆ ਸੀ, ਇੱਕ ਟਾਈਮ ਮੇਰੇ 'ਤੇ ਵੀ ਆਇਆ ਸੀ, ਇੱਕ ਲਾਮਾ ਮੇਰੇ 'ਤੇ ਵੀ ਆਇਆ ਸੀ, ਇੱਕ ਘੜੀ ਮੇਰੇ 'ਤੇ ਵੀ ਆਈ ਸੀ। ਮੈਂ ਵੀ ਲੋਕਾਂ ਦੇ ਅੱਗੇ ਸਵਾਲ ਕਰਿਆ ਕਰਦਾ ਸਾਂ, ਮੈਂ ਵੀ ਲੋਕਾਂ ਦੇ ਅੱਗੇ ਭੀਖ ਮੰਗਿਆ ਕਰਦਾ ਸਾਂ, ਮੈਂ ਵੀ ਲੋਕਾਂ ਦੇ ਅੱਗੇ ਮਿੰਨਤਾਂ ਤਰਲੇ ਕਰਿਆ ਕਰਦਾ ਸਾਂ। ਉਹ ਚੌਧਰੀਆ ਮੈਨੂੰ ਇੱਕ ਡੰਗ ਦੀ ਰੋਟੀ ਦੇ ਦੇ, ਸਰਦਾਰਾ ਮੈਨੂੰ ਕੁਝ ਪੈਸੇ ਦੇ, ਅੱਜ ਮੇਰੇ ਬੱਚੇ ਦੀ ਖੁਸ਼ੀ ਦਾ ਵੇਲਾ ਹੈ, ਸਰਦਾਰ ਜੀ ਕੁਝ ਪੈਸੇ ਦੇ ਦਿਓ, ਅੱਜ ਮੇਰੀ ਬੇਟੀ ਦੀ ਰੁਖਸਤ ਵਾਲਾ ਦਿਹਾੜਾ ਹੈ। ਚੌਧਰੀ ਜੀ ਤੁਹਾਨੂੰ ਅੱਲਾ ਨੇ ਬੜੀਆਂ ਦੌਲਤਾਂ ਦਿੱਤੀਆਂ ਨੇ, ਅੱਲਾ ਨੇ ਤੁਹਾਨੂੰ ਬੜਾ ਬੈਂਕ ਬੈਲੈਂਸ ਦਿੱਤਾ ਹੈ, ਅੱਜ ਕੋਈ ਮੇਰੇ 'ਤੇ ਰਹਿਮ ਖਾ ਲਵੋ, ਅੱਜ ਮੇਰੇ 'ਤੇ ਤਰਸ ਖਾ ਲਓ। ਅੱਲਾ ਵਾਲਿਆ ਜਦੋਂ ਕੋਈ ਤੇਰੇ ਦਰਵਾਜ਼ੇ 'ਤੇ ਆਉਣ ਵਾਲਾ ਮੰਗਣ ਦਾ ਸਵਾਲ ਕਰੇ, ਫੌਰਨ ਆਪਣਾ ਮਾਜ਼ੀ ਯਾਦ ਕਰਿਆ ਕਰ, ਆਪਣਾ ਟਾਈਮ ਯਾਦ ਕਰਿਆ ਕਰ, ਆਪਣਾ ਵੇਲਾ ਯਾਦ ਕਰਿਆ ਕਰ। ਉਹ ਸਬਕ ਜਦੋਂ ਯਾਦ ਕਰੇਗਾ, ਅੱਲਾ ਦੀ ਕਸਮ ਅੱਲਾ ਪਾਕ ਤੇਰੇ ਦਿਲ ਅੰਦਰ ਰਹਿਮ ਪਾ ਦੇਵੇਗਾ, ਅੱਲਾ ਦੁਨੀਆ ਦੀਆਂ ਇੱਜ਼ਤਾਂ ਵੀ ਅਤਾ ਕਰੇਗਾ, ਅੱਲਾ ਦੁਨੀਆ ਦੀਆਂ ਦੌਲਤਾਂ ਵੀ ਅਤਾ ਕਰੇਗਾ। ਜੇ ਚਾਹਨਾ ਹੈ ਦੌਲਤਾਂ ਤੇਰੇ ਕੋਲੋਂ ਸਦਾ ਬਹਾਰ ਰਹਿਣੇ, ਜੇ ਚਾਹਨਾ ਹੈ ਤੰਦਰੁਸਤੀਆਂ ਸਦਾ ਬਹਾਰ ਰਹਿਣ, ਜੇ ਚਾਹਨਾ ਹੈ ਤੇਰੀਆਂ ਸਿਹਤ ਤੇਰੀ ਸਿਹਤ ਸਦਾ ਬਹਾਰ ਠੀਕ ਰਵੇ। ਆਪਣਾ ਮਾਜ਼ੀ ਨਾ ਭੁੱਲੀ, ਆਪਣਾ ਪਿਛਲਾ ਵੇਲਾ ਨਾ ਭੁੱਲੀ, ਆਪਣਾ ਪਿਛਲਾ ਟਾਈਮ ਨਾ ਭੁੱਲੀ, ਆਪਣੇ ਰੱਬ ਨਾਲ ਯਾਰੀਆਂ ਲਾ ਲਵੀ, ਆਪਣੇ ਰੱਬ ਨਾਲ ਦੋਸਤੀਆਂ ਲਾ ਲਵੀ। ਅੱਜ ਬੜਾ ਹੀ ਦੁੱਖ ਹੁੰਦਾ ਹੈ, ਅਸੀਂ ਉਦੋਂ ਤੱਕ ਆਪਣੇ ਰੱਬ ਨੂੰ ਯਾਦ ਵੀ ਨਹੀਂ ਕਰਦੇ ਜਦੋਂ ਤੱਕ ਸਾਡੇ 'ਤੇ ਮੁਸ਼ਕਿਲ ਨਾ ਆਵੇ, ਸਾਡੇ 'ਤੇ ਤਕਲੀਫਾਂ ਨਾ ਖਾਣੇ। ਮੇਰੇ ਮਾਤਰਮ ਭਾਈਓ, ਅੱਲਾ ਨੂੰ ਹਰ ਵੇਲੇ ਯਾਦ ਰੱਖਣਾ ਹੈ। ਦੁੱਖ ਆ ਜਾਣ, ਸੁੱਖ ਆ ਜਾਣ, ਅਜ਼ਮਾਇਸ਼ਾਂ ਆ ਜਾਣ, ਪਰੇਸ਼ਾਨੀਆਂ ਆ ਜਾਣ, ਟੈਨਸ਼ਨ ਆ ਜਾਣ, ਅਗਰ ਕਾਰੋਬਾਰ ਖਸਾਰੇ ਵਿੱਚ ਚਲਾ ਗਿਆ ਹੈ, ਆਪਣੇ ਰੱਬ ਨੂੰ ਯਾਦ ਰੱਖਣਾ ਹੈ। ਆਪਣੇ ਰੱਬ ਨੂੰ ਭੁਲਾਣਾ, ਹਰ ਵੇਲੇ ਆਪਣੇ ਰੱਬ ਨੂੰ ਯਾਦ ਰੱਖਣਾ ਹੈ। ਅੱਲਾਹ ਦੀ ਕਸਮ ਹੈ, ਉਹ ਜਿਸ ਬੰਦੇ ਦੇ ਦਿਲ ਅੰਦਰ ਰੱਬ ਵਸਦਾ ਹੋਵੇ ਨਾ, ਅੱਲਾਹ ਕਦੀ ਉਸ ਬੰਦੇ ਨੂੰ ਜ਼ਿਲਤ ਰਿਸਵਾਈ ਵਾਲੇ ਮਾਮਲਾਤ ਪੈਦਾ ਉਹਦੇ ਸਾਹਮਣੇ ਕਰਦਾ ਨਹੀਂ ਕਰਦਾ। ਆਪਣਾ ਦਿਲ ਇੰਜ ਦਾ ਬਣਾਓ, ਆਪਣਾ ਜ਼ਮੀਰ ਇੰਜ ਦਾ ਬਣਾਓ, ਜਦੋਂ ਵੀ ਕੋਈ ਤੁਹਾਡੇ ਕੋਲ ਸਵਾਲ ਕਰੇ। ਇੱਕ ਬੰਦੇ ਦਾ ਅਕਸਰ ਲੋਕ ਕਹਿੰਦੇ ਆਫੇ ਜੀ, ਅੱਜ ਕੱਲ੍ਹ ਤਾਂ ਰਿਵਾਜ਼ ਨਿਕਲ ਗਿਆ, ਹਰ ਬੰਦਾ ਮੰਗਦਾ, ਤੁਹਾਨੂੰ ਉਹਦਾ ਕਰੈਕਟਰ ਦਾ ਪਤਾ ਚੱਲ ਜਾਏਗਾ, ਇਹ ਬੰਦਾ ਕਿੰਜਦਾ ਹੈ। ਕਿਆ ਅਗਰ ਨੌਜਵਾਨ ਹੈ, ਸਿਹਤਮੰਦ ਹੈ, ਉਹਨੂੰ ਰੋਟੀ ਖਿਲਾਓ, ਉਹਨੂੰ ਪਿਆਰ ਨਾਲ ਬਿਠਾਓ, ਉਹਨੂੰ ਕਹੋ ਬੇਟਾ ਗੱਲ ਸੁਣੋ, ਅਸੀਂ ਤੈਨੂੰ ਅੱਛਾ ਜਿਹਾ ਕਾਰੋਬਾਰ ਲੱਭ ਦਿੰਦੇ ਹਾਂ, ਤੈਨੂੰ ਕਿਸੇ ਮਿਸਤਰੀ ਦੇ ਨਾਲ ਤੇਰੀਆਂ ਦਿਹਾੜੀਆਂ ਸੈਟਅਪ ਕਰਾ ਦਿੰਦੇ ਹਾਂ, ਤੂੰ ਕੰਮ ਕਰ। ਇਹ ਮੰਗਣ ਵਾਲਾ ਤਰੀਕਾ ਠੀਕ ਨਹੀਂ, ਉਹ ਜਿਹੜਾ ਮੁਸਤਹਿੱਕ ਹੈ, ਜਾਣਦੇ ਹੋ ਇਹ ਬੰਦਾ ਵਾਕਿਆ ਹੀ ਆ ਰਿਹਾ ਇਹਦੇ ਚੀਜ਼ ਦਾ ਹੱਕਦਾਰ ਹੈ, ਉਹਨੂੰ ਇੱਜ਼ਤ ਦੇ ਨਾਲ ਦਿਓ, ਇੱਜ਼ਤ ਦਿਓ, ਇੱਕ ਹੱਥ ਨੂੰ ਦੇ ਇੱਕ ਹੱਥ ਨਾਲ ਖਰਚ ਕਰੋ। ਦੂਜੇ ਹੱਥ ਨੂੰ ਪਤਾ ਵੀ ਨਹੀਂ ਹੋਣਾ ਚਾਹੀਦਾ। ਜਦੋਂ ਕੋਈ ਮੰਗਣ ਆਵੇ, ਫੌਰਨ ਆਪਣਾ ਮਾਜ਼ੀ ਯਾਦ ਕਰਨਾ। ਜੇ ਚਾਹੁੰਦੇ ਹੋ ਦੌਲਤਾਂ ਸਲਾਮਤ ਰਹਿ ਜਾਣ, ਚਾਹੁੰਦੇ ਹੋ ਮਹੱਲ ਬੰਗਲੇ ਸਲਾਮਤ ਰਹਿ ਜਾਣ, ਆਪ ਵੀ
ਖਰਚ ਕਰਨ ਵਾਲੇ ਬਣੋ, ਬੱਚਿਆਂ ਨੂੰ ਵੀ ਖਰਚ ਕਰਾਉਣ ਵਾਲੇ ਬਣੋ। ਫਕਤ ਇਜਾਜ਼ਤ ਨਹੀਂ ਦਿੰਦਾ। ਸੂਰਾ ਕਾਫ ਦੇ ਅੰਦਰ ਇੱਕ ਵਾਕਿਆ ਮੌਜੂਦ ਹੈ, ਇੱਕ ਬੰਦਾ ਸੀ ਉਹ ਵੀ ਬਣੀ ਇਸਰਾਇਲ ਦਾ ਸੀ, ਬੜਾ ਮਾਲ ਖਰਚ ਕਰਿਆ ਕਰਦਾ, ਆਪਣੇ ਬਾਗ ਦੇ ਵਿੱਚੋਂ ਅੱਧਾ ਹਿੱਸਾ ਗਰੀਬਾਂ ਦੇ ਅੰਦਰ, ਯਤੀਮਾਂ ਮਾੜਿਆਂ ਦੇ ਅੰਦਰ ਖਰਚ ਕਰ ਦਿਆ ਕਰਦਾ ਸੀ। ਉਹ ਜਦੋਂ ਬਾਪ ਟੁਰ ਗਿਆ, ਪੁੱਤਰਾਂ ਨੇ ਕਿਹਾ ਸਾਡੇ ਬਾਬਾ ਐਵੇਂ ਬੁੱਢੇ ਵਾਰੀ ਸਾਰਾ ਕੁਛ ਲੋਕਾਂ ਨੂੰ ਦਿੰਦਾ ਰਹਿ ਗਿਆ, ਐਵੇਂ ਲੋਕਾਂ ਨੂੰ ਖਿਲਾਉਂਦਾ ਰਹਿ ਗਿਆ, ਸਾਡਾ ਤਾਂ ਬਾਬਾ ਹੀ ਭਾਗ ਰਿਹਾ ਸੀ। ਮਾਦ ਅੱਲਾ, ਇਹਨੂੰ ਪਤਾ ਹੀ ਨਹੀਂ ਦੌਲਤਾਂ ਦੀ ਕਦਰ ਕੀ ਹੋਇਆ ਕਰਦੀ ਹੈ। ਉਹਨੂੰ ਦੇ ਦਿੰਦਾ, ਇਹਨੂੰ ਦੇ ਦਿੰਦਾ, ਉਹਨੂੰ ਦੇ ਦਿੰਦਾ, ਇਹਦੇ ਅੱਗੇ ਸਾਰਾ ਕੁਝ ਦੇ ਦਿੰਦਾ। ਅੱਲਾਹ ਪਾਕ ਨੇ ਇਹਨੇ ਕੀ ਕੀਤਾ, ਫਸਲ ਜਦੋਂ ਤਿਆਰ ਹੋਈ, ਇਹਨਾਂ ਨੇ ਇਰਾਦਾ ਬਣਾਇਆ ਰਾਤੋ ਰਾਤ ਸਮੇਟ ਕੇ ਘਰ ਦਾ ਲਿਆਉਣੀ ਹੈ। ਇਹ ਜਦੋਂ ਜਾਂਦੇ ਨੇ ਤਾਂ ਸਾਹਮਣੇ ਵੇਖਦੇ ਨੇ ਸਾਰਾ ਫਲ ਅੱਗ ਦੇ ਨਾਲ ਤਬਾਹ ਬਰਬਾਦ ਹੋ ਗਿਆ। ਜੇ ਆਪਣੀਆਂ ਰੱਬ ਦੀਆਂ ਦੌਲਤਾਂ 'ਤੇ ਫਿਰੌਨ ਬਣੋਗੇ, ਕਰੂਨ ਬਣੋਗੇ, ਅੱਲਾ ਇੰਝ ਵੀ ਤਬਾਹ ਬਰਬਾਦ ਕਰ ਛੱਡੇਗਾ। ਆਪਣੇ ਰੱਬ ਅੱਗੇ ਦੁਆ ਕਰਿਆ ਕਰੋ, ਅੱਲਾ ਤੇਰੇ ਬੰਦਿਆਂ ਜੇ ਖਜ਼ਾਨੇ ਦਿੱਤੇ ਨਹੀਂ, ਦੌਲਤਾਂ ਦਿੱਤੀਆਂ ਨਹੀਂ, ਇਹ ਤੇਰੀ ਜ਼ਰੀਏ ਆਏ ਨਹੀਂ, ਤੇਰੀ ਰਹਿਮਤ ਦੇ ਜ਼ਰੀਏ ਆਏ ਨਹੀਂ, ਅੱਲਾ ਮੈਨੂੰ ਖਰਚ ਕਰਨ ਵਾਲਾ ਵੀ ਬਣਾ ਦੇ। ਬਸ ਦੁਆ ਕਰਿਆ ਕਰੋ, ਮੇਰੀ ਬੜੀ ਦਿਲੀ ਦੁਆ ਹੈ, ਹਰ ਇੱਕ ਬੰਦੇ ਦੀ ਦਿਲੀ ਖਾਹਿਸ਼ ਹੈ। ਮੈਂ ਚਾਹੁੰਦਾ ਅੱਲਾ ਪਾਕ ਕੋਈ ਸਾਨੂੰ ਇੰਝ ਦਾ ਮੈਦਾਨ ਦੇਵੇ ਕਿ ਇੰਝ ਦਾ ਮੈਦਾਨ ਦੇਵੇ ਜਿੱਥੇ ਅਸੀਂ ਦੀਨ ਦਾ ਕੰਮ ਕਰ ਸਕੀਏ। ਬਸ ਮੇਰੀ ਬੜੀ ਦਿਲੀ ਤਮੰਨਾ ਹੈ, ਅੱਲਾਹ ਕੋਈ ਮੈਨੂੰ ਆਪਣਾ ਇਦਾਰਾ ਦੇਵੇ, ਆਪਣਾ ਮੈਨੂੰ ਕੋਈ ਮਦਰਸਾ ਇਦਾਰਾ ਮਸਾਜਿਦ ਦੇਵੇ, ਮੈਂ ਇਸੇ ਤਰ੍ਹਾਂ ਦਾਵਤ ਤਬਲੀਗ ਦਾ ਕੰਮ ਕਰਾਂ। ਬੜੀ ਖਾਹਿਸ਼, ਬੜੀ ਦਿਲੀ ਤਮੰਨਾ ਹੈ। ਬਸ ਅੱਲਾਹ ਦੇ ਅੱਗੇ ਦਿਨ ਰਾਤ ਸਾਡੀਆਂ ਦੁਆਵਾਂ ਨੇ। ਕੁਝ ਮੇਰੇ ਦੋਸਤ ਉਸਾਮਾ ਭਾਈ ਨੇ, ਉਮੈਰ ਭਾਈ, ਦੀਗਰ ਦੋਸਤ ਬਾਪ ਜਾਣਦੇ ਨੇ, ਜਿੰਨੀ ਅਸੀਂ ਇਸ ਚੀਜ਼ ਦੇ ਬਾਰੇ ਆਏ ਵੀ ਨੇ, ਉਹ ਮੇਰੇ ਨਾਲ ਆਏ ਨੇ ਜੁਮੇ ਵਾਸਤੇ। ਸਾਡੀ ਬੜੀ ਖਾਹਿਸ਼ ਰਹਿੰਦੀ ਹੈ ਕਿ ਅੱਲਾਹ ਪਾਕ ਸਾਡਾ ਇਹ ਖਾਬ, ਇਹ ਸਾਡੀ ਸੋਚ, ਇਹ ਅੱਲਾਹ ਪਾਕ ਸਾਡੀ ਮੰਜ਼ਿਲ ਤਾਂ ਤਕਮੀਲ ਤੱਕ ਪਹੁੰਚਾ ਦੇ। ਇਹ ਜਿਸ ਤਰ੍ਹਾਂ ਇਦਾਰਾ ਹੈ, ਇਹਨੂੰ ਕਾਮਯਾਬ ਕਰਨਾ ਤੁਹਾਡੇ ਉੱਤੇ ਲਾਜ਼ਮ ਹੈ, ਇਲਾਕੇ ਵਾਲਿਆਂ ਦੇ ਉੱਤੇ ਜ਼ਰੂਰੀ ਹੈ। ਆਪਣੇ ਰੱਬ ਦੇ ਘਰ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ, ਸਿਮਟ ਕੇ ਰਹਿਣਾ ਚਾਹੀਦਾ ਹੈ ਰੱਬ ਦੇ ਘਰ ਦੇ ਅੰਦਰ। ਮੁਸ਼ਕਿਲ ਵੇਲੇ ਤੋਂ ਮੁਰਾਦ ਇਹ ਆ ਕਿ ਰੱਬ ਦੇ ਘਰ ਅੰਦਰ ਕੋਈ ਕਰਜ਼ਾ ਹੋ ਗਿਆ, ਇਹ ਬਿੱਲਾਂ ਦੀ ਹਾਲਤ ਅੰਦਰ, ਕਾਰੀ ਸਾਹਿਬਾਂ ਦੀਆਂ ਤਨਖਾਹਾਂ ਦੇ ਅੰਦਰ, ਮਸਜਿਦ ਦੀਆਂ ਸਫ਼ਾਂ ਦੇ ਮਾਮਲੇ ਅੰਦਰ, ਜੇ ਕੋਈ ਤਾਮੀਰਾਤੀ ਕੰਮ ਦੇ ਮਾਮਲੇ ਅੰਦਰ, ਤੁਹਾਨੂੰ ਪੜ੍ਹ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ, ਇਸ ਨੀਯਤ ਨਾਲ ਲੈਣਾ ਚਾਹੀਦਾ। ਮੈਂ ਰੱਬ ਦੇ ਘਰ ਅੰਦਰ ਖਰਚਾ ਕਰਾਂਗਾ, ਅੱਲਾ ਮੈਨੂੰ ਔਰ ਤੇ ਦੇਵੇਗਾ, ਦੁਨੀਆ ਅੰਦਰ ਵੀ ਦੇਵੇਗਾ, ਮੈਨੂੰ ਅੱਲਾ ਆਖਰਤ ਵਾਲੇ ਦਿਨ ਵੀ ਅਤਾ ਕਰ। ਅੱਲਾ ਕੋਲੋਂ ਦੁਆ ਹੈ ਜੋ ਕੁਛ ਸੁਣਿਆ ਸੁਣਾਇਆ ਮੇਰਾ ਮਾਲਿਕ, ਮੇਰਾ ਖਾਲਿਕ, ਸਾਨੂੰ ਸਾਰਿਆਂ ਨੂੰ ਉਹਦੇ ਉੱਤੇ ਅਮਲ ਕਰਨ ਦੀ ਤੋਫੀਕ ਅਤਾ ਫਰਮਾਏ। ਵਾ